ਦੇਸ਼ ਵਿਦੇਸ਼ ਤੋਂ ਰੇਡੀਓ ਕੌਮੀ ਆਵਾਜ਼ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਮੈਂ ਹਰਕਮਲ ਸਿੰਘ ਫਤਿਹ ਦੇ ਨਾਲ ਨਿੱਘਾ ਸਵਾਗਤ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰੀਕ ਹੋ ਗਈ ਅੱਜ 30 ਸਾਵਣ, ਨਾਨਕ ਸਾਹਿਬ ਸੰਮਤ 550 ਅਤੇ 14 ਅਗਸਤ 2018 ਦਿਨ ਮੰਗਲਵਾਰ ਦੀ ਸ਼ਾਮ ਹੋ ਚੁੱਕੀ ਹੈ। ਵਕਤ ਹੋ ਚੁੱਕਿਆ ਇਸ ਸਮੇਂ ਪ੍ਰੋਗਰਾਮ ਸ਼ਾਮ ਦੀ ਸਭਾ ਦਾ। ਸੋ ਖਬਰਾਂ ਨਾਲ ਸੰਬੰਧਿਤ ਇਸ ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਪੰਜਾਬ ਅਤੇ ਭਾਰਤੀ ਖਿੱਤੇ ਦੀਆਂ ਕੁਝ ਖਾਸ ਖਾਸ ਖਬਰਾਂ ਦੀ ਜਾਣਕਾਰੀ ਸਾਨੂੰ ਦੇਣਗੇ ਪਰਮਵੀਰ ਸਿੰਘ ਬਾਠ। ਸਾਡਾ ਰਾਬਤਾ ਇਸ ਵਕਤ ਫੋਨ ਲਾਈਨ ਦੇ ਜ਼ਰੀਏ ਉਹਨਾਂ ਨਾਲ ਪੰਜਾਬ ਦੇ ਵਿੱਚ ਕਾਇਮ ਹੋ ਚੁੱਕਿਆ। ਸੋ ਆਓ ਫਿਰ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਜਾਣਦੇ ਹਾਂ ਪੰਜਾਬ ਭਾਰਤ ਦੀ ਖਬਰਸਾਰ। ਬਾਠ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਦੀ ਸਭਾ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ, ਮਿਹਰਬਾਨੀ ਹਰਕਮਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਠ ਸਾਹਿਬ, ਗੱਲ ਕਰੀਏ ਪੰਜਾਬ ਦੀ ਸਿਆਸਤ ਦੀ, ਤਾਂ ਇਸ ਵਕਤ ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਵੱਧ ਚਰਚਾ ਵਾਲੇ ਜਿਹੜੇ ਲੀਡਰ ਨੇ ਉਹ ਨੇ ਸੁਖਪਾਲ ਸਿੰਘ ਖਹਿਰਾ। ਉਹਨਾਂ ਨੇ ਕੁਝ ਅਹਿਮ ਫੈਸਲੇ ਲਏ ਨੇ, ਉਹਦੇ ਬਾਰੇ ਸਾਨੂੰ ਥੋੜ੍ਹਾ ਵਿਸਥਾਰ ਨਾਲ ਦੱਸ ਦਿਓ ਕੀ ਕਿਹਾ ਸੁਖਪਾਲ ਸਿੰਘ ਖਹਿਰਾ ਨੇ। ਕਮਲ ਸਿੰਘ ਜੀ, ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇੱਕ ਕੀਤੀ ਪ੍ਰੈਸ ਕਾਨਫਰੰਸ ਜੀ, ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਕਿਹਾ, ਕਹਿੰਦੇ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਘਟੀਆਂ ਉਹਦੇ ਪਿੱਛੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਹੱਥ ਹੈ ਜੀ, ਉਹਦੇ ਕੁਝ ਨੇੜਲੇ ਬੰਦਿਆਂ ਦਾ ਹੱਥ ਹੈ। ਦੂਸਰੀ ਗੱਲ, ਉਹ ਕਹਿੰਦੇ ਕੈਪਟਨ ਸਾਹਿਬ ਦੀ ਸਰਕਾਰ ਨੇ ਆ ਜਿਹੜਾ ਕੰਮ ਕੀਤਾ ਨਾ ਬੇਅਦਬੀ ਮਾਮਲਿਆਂ ਦੀ ਜਾਂਚ CBI ਨੂੰ ਦਿੱਤੀ, ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਠੰਡੇ ਵਾਸਤੇ ਚ ਪਾਉਣ ਵਾਲਾ ਮਸਲਾ, ਕਈ ਸਾਲ ਲੱਗ ਜਾਣੇ ਹੈ। ਮੈਂ ਕਹਿੰਦੇ ਅਪੀਲ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ CBI ਜਾਂ ਜਾਂਚ ਦੇਣ ਦਾ ਫੈਸਲਾ ਤੁਸੀਂ ਵਾਪਸ ਲੈ ਲਓ ਜੀ, ਪੰਜਾਬ ਦੇ ਲੋਕ ਬਹੁਤ ਦੁਖੀ ਨੇ ਤੁਹਾਡੇ ਇਸ ਫੈਸਲੇ ਤੋਂ। ਤੀਸਰੀ ਗੱਲ, ਉਹ ਕਹਿੰਦੇ ਕਿ ਦੇਖੋ ਅਕਾਲੀ ਤੇ ਕਾਂਗਰਸੀ ਰਾਜਨੀਤੀ ਕਰਦੇ, ਇਸ ਮੁੱਦੇ ਤੇ ਨਹੀਂ ਕਰਨੀ ਚਾਹੀਦੀ। ਚੌਥੀ ਗੱਲ, ਉਹ ਕਹਿੰਦੇ ਵਿਧਾਨ ਸਭਾ ਦਾ ਸੈਸ਼ਨ ਸੱਦੋ ਵਿਸ਼ੇਸ਼, ਛੇਤੀ ਸੱਦੋ 2-4 ਦਿਨਾਂ ਚ, ਜਿਹਦੇ ਵਿੱਚ ਕਿ ਆਪਾਂ ਬੇਅਦਬੀ ਵਾਲੇ ਮਸਲੇ ਤੇ, ਬਰਗਾੜੀ ਵਾਲੇ ਮਸਲੇ ਤੇ, ਕੋਟਕਪੁਰੇ ਵਾਲੇ ਮਸਲੇ ਤੇ ਚਰਚਾ ਕਰ ਸਕੀਏ ਜੀ। ਤੇ ਉਹਨਾਂ ਇਹ ਵੀ ਕਹਿਤਾ ਕਿ ਜੇ 2-4 ਦਿਨਾਂ ਦੇ ਵਿੱਚ ਸਰਕਾਰ ਨੇ ਇਹਦਾ ਫੈਸਲਾ ਨਾ ਕੀਤਾ, ਅਸੀਂ ਆਮ ਆਦਮੀ ਪਾਰਟੀ ਵੱਲੋਂ ਬਰਗਾੜੀ ਤੋਂ ਫਰੀਦਕੋਟ ਤੱਕ 20 ਅਗਸਤ ਨੂੰ ਰੋਸ ਮਾਰਚ ਕਰਾਂਗੇ ਤੇ ਸਮੁੱਚੇ ਪੰਜਾਬ ਦੇ ਭਾਈਚਾਰੇ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਸ ਮਾਰਚ ਦੇ ਵਿੱਚ ਆ ਕੇ ਸਾਥ ਦਿਓ। ਇਹ ਮਾਰਚ ਕਹਿੰਦੇ ਕੇਵਲ ਤੇ ਕੇਵਲ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਲਈ ਹੈ, ਪ੍ਰੈਸ਼ਰ ਬਿਲਡ ਕਰਨ ਦੇ ਲਈ ਹੈ, ਤਾਂ ਜੋ ਉਹ ਇਧਰਲੇ ਪਾਸੇ ਕੁਝ ਚੰਗੇ ਤਰੀਕੇ ਦੇ ਨਾਲ ਕੰਮ ਕਰ ਸਕੇ ਜੀ। ਫਿਰ ਉਹਨਾਂ ਨੇ ਗੱਲ ਮੌੜ ਮੰਡੀ ਦਾ ਜਿਹੜਾ ਬਲਾਸਟ ਸੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਇਆ ਉਹਦਾ ਜ਼ਿਕਰ ਕੀਤਾ। ਉਹ ਕਹਿੰਦੇ ਦੇਖ ਲਓ 1.5 ਸਾਲ ਹੋ ਚੱਲਿਆ ਮੌੜ ਮੰਡੀ ਦੇ ਵਿੱਚ ਬਲਾਸਟ ਹੋਏ ਨੂੰ, ਅੱਜ ਤੱਕ ਕਥਿਤ ਦੋਸ਼ੀ ਨਹੀਂ ਕੋ ਫੜਿਆ ਗਿਆ ਜੀ। ਉਹਦੇ ਉੱਤੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਸੀਂ ਵਾਈਟ ਪੇਪਰ ਜਾਰੀ ਕਰੋ ਕਿ ਬਲਾਸਟ ਹੋਣ ਤੋਂ ਲੈ ਕੇ ਅੱਜ ਤੱਕ ਤੁਹਾਡੀ ਜਾਂਚ ਕਿੱਧਰਲੇ ਪਾਸੇ ਨੂੰ ਗਈ ਹੈ, ਕਿਸੇ ਬੰਦੇ ਤੇ ਸ਼ੱਕ ਹੈਗਾ, ਜੇ ਸ਼ੱਕ ਹੈਗਾ ਤਾਂ ਉਸ ਸ਼ੱਕ ਨੂੰ ਸਬੂਤਾਂ ਦੇ ਨਾਲ ਅਸਲੀਅਤ ਦੇ ਵਿੱਚ ਤਬਦੀਲ ਕਰਨ ਦਾ ਤੁਸੀਂ ਵੇਲੇ ਸਿਰ ਯਤਨ ਕਿਉਂ ਨਹੀਂ ਕੀਤਾ। ਇਹ ਸਾਰੀਆਂ ਗੱਲਾਂ ਬਾਤਾਂ ਕਹੀਆਂ ਜੀ। ਚਲੋ ਦੇਖੋ, ਇੱਥੇ ਇੱਕ ਗੱਲ ਤਾਂ ਇੰਪੋਰਟੈਂਟ ਹੈ ਨਾ ਹਰਕਮਲ ਸਿੰਘ ਜੀ, ਹੁਣ ਤੱਕ ਪੰਜਾਬ ਦੇ ਕਿਸੇ ਲੀਡਰ ਨੇ, ਵੱਡੀ ਪਾਰਟੀ ਦੇ ਲੀਡਰ ਨੇ ਸਿੱਧੇ ਰੂਪ 'ਚ ਇਹ ਨਹੀਂ ਸੀ ਕਿਹਾ ਕਿ ਭਾਈ ਗੁਰਮੀਤ ਰਾਮ ਰਹੀਮ ਦਾ ਹੱਥ ਹੈ। ਉਹ ਕਹਿੰਦੇ ਸੀ ਜੀ ਬਹੁਤ ਮਾੜੀ ਗੱਲ ਹੋਈ ਹੈ, ਜਾਂਚ ਹੋਣੀ ਚਾਹੀਦੀ ਹੈ, ਜਿਹੜਾ ਵੀ ਬੰਦਾ ਦੋਸ਼ੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਨਾ ਲੈਣ ਤੋਂ ਸਾਰੇ ਗੁਰੇਜ਼ ਕਰਦੇ ਸੀ। ਤੇ ਉਹਦਾ ਸਭ ਤੋਂ ਵੱਡਾ ਕਾਰਨ ਕਿ ਡੇਰਾ ਪ੍ਰੇਮੀਆਂ ਦੀਆਂ ਪੰਜਾਬ 'ਚ ਵੋਟਾਂ ਨੇ ਜੀ, ਤੇ ਕੋਈ ਵੀ ਲੀਡਰ ਉਹਨਾਂ ਵੋਟਾਂ ਨੂੰ ਖਰਾਬ ਨਹੀਂ ਸੀ ਕਰਨਾ ਚਾਹੁੰਦਾ। ਪਰ ਸੁਖਪਾਲ ਸਿੰਘ ਖਹਿਰਾ ਨੇ ਸਿੱਧੇ ਤੌਰ ਤੇ ਨਾਂ ਲੈ ਕੇ ਬਹੁਤ ਵੱਡਾ ਜ਼ੋਖਮ ਤਾਂ ਲਿਆ, ਪਰ ਇਹਦੇ ਨਾਲ ਬਾਕੀ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਉੱਤੇ ਪ੍ਰੈਸ਼ਰ ਬਣ ਗਿਆ ਕਿ ਭਾਈ ਜੇ ਸੁਖਪਾਲ ਖਹਿਰਾ ਨਾ ਲੈ ਸਕਦਾ ਤਾਂ ਬਾਕੀ ਬੰਦੇ ਜਿਹੜੇ ਹੈ ਉਹ ਦੋਹਰੀ ਖੇਡ ਕਿਉਂ ਖੇਡ ਰਹੇ ਸਿਆਸੀ ਤੌਰ ਤੇ ਜੀ। ਹੁਣ ਵੇਖਦੇ ਹਾਂ ਕਿ ਸੁਖਪਾਲ ਖਹਿਰਾ ਨੇ ਇਹ ਜਿੰਨੀਆਂ ਕੁ ਮੰਗਾਂ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਸਾਹਿਬ ਤੋਂ ਕੀਤੀਆਂ ਉਹਨਾਂ ਦੇ ਵਿੱਚੋਂ ਕਿਹੜੀ ਕਿਹੜੀ ਮੰਗ ਪ੍ਰਵਾਨ ਹੁੰਦੀ ਹੈ ਤੇ ਕਿਹੜੀ ਮੰਗ ਦੇ ਉੱਤੇ ਕੈਪਟਨ ਸਾਹਿਬ ਦੀ ਸਰਕਾਰ ਨੰਨਾ ਵੀ ਨਹੀਂ ਕਰਦੀ। ਦੂਸਰੀ ਗੱਲ ਜੀ, ਆਮ ਆਦਮੀ ਪਾਰਟੀ ਦੇ ਪੱਖ ਤੋਂ ਦੇਖੋ, ਸੁਖਪਾਲ ਸਿੰਘ ਖਹਿਰਾ ਦੇ ਸਮਰਥਕ ਹੁਣ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ 'ਚ ਆ। ਆਮ ਆਦਮੀ ਪਾਰਟੀ ਦਾ ਉਹ ਧੜਾ ਜਿਹੜਾ ਚਾਹੁੰਦਾ ਕਿ ਆਪਾਂ ਦਿੱਲੀ ਵਾਲੇ ਦੇ ਜੂੜੇ ਦੇ ਵਿੱਚੋਂ ਬਾਹਰ ਨਿਕਲੀਏ ਤੇ ਆਪਣੇ ਪੰਜਾਬ ਦੇ ਫੈਸਲੇ ਆਪ ਲਈਏ, ਉਹ ਬੰਦੇ ਜਿਹੜੇ ਸੁਖਪਾਲ ਖਹਿਰਾ ਦੇ ਹੱਕ 'ਚ ਆ ਗਿਆ ਇੱਕਦਮ, ਤੇ ਭਗਵੰਤ ਮਾਨ ਦੀਆਂ ਮੁਸੀਬਤਾਂ ਵੱਧ ਗਈਆਂ ਜੀ। ਹੁਣ ਪੰਡੋਰੀ ਸਾਹਿਬ MLA ਨੇ ਆਮ ਆਦਮੀ ਪਾਰਟੀ ਦੇ ਬਰਨਾਲਾ ਜ਼ਿਲ੍ਹੇ 'ਚੋਂ ਨੇ, ਉਹ ਜਿਹੜੇ ਬਰਨਾਲਾ ਜ਼ਿਲ੍ਹੇ 'ਚੋਂ ਪੰਡੋਰੀ ਸਾਹਿਬ MLA, ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਜੀ। ਸੰਸਕਾਰ ਸੀ ਬੀਤੇ ਕੱਲ, ਭਗਵੰਤ ਮਾਨ ਆਏ ਕਿਉਂਕਿ ਉਹਨਾਂ ਦਾ ਇੱਕ ਤਾਂ ਆਪਣਾ ਹਲਕਾ, ਦੂਜਾ ਵਿਧਾਇਕ ਪੰਡੋਰੀ ਸਾਹਿਬ ਉਹਨਾਂ ਦੇ ਆਪਣੇ ਖਾਸਮ ਖਾਸ ਉਹਨਾਂ ਦੇ ਧੜੇ ਦੇ ਬੰਦੇ ਆ, ਜਾਣਾ ਬਣਦਾ ਸੀ ਜੀ। ਤੇ ਜਦੋਂ ਉਹ ਚਲੇ ਗਏ, ਖਹਿਰਾ ਸਮਰਥਕ ਕੁਝ ਇੱਕ ਉੱਥੇ ਵਰਕਰ ਪਹੁੰਚੇ ਹੋਏ ਸੀ ਆਮ ਆਦਮੀ ਪਾਰਟੀ ਦੇ ਸਥਾਨਕ, ਉਹਨਾਂ ਵਰਕਰਾਂ ਨੇ ਭਗਵੰਤ ਮਾਨ ਨੂੰ ਸਵਾਲ ਪੁੱਛਣੇ ਸ਼ੁਰੂ ਕੀਤੇ। ਉਹ ਕਹਿੰਦੇ ਆਪਾਂ ਸੰਸਕਾਰ ਵਾਲਾ ਕੰਮ ਕਰਨ ਵੇਲੇ, ਚਲੋ ਸੰਸਕਾਰ ਵਾਲਾ ਕੰਮ ਨਿਬੜ ਗਿਆ। ਉਹਦੇ ਤੋਂ ਬਾਅਦ ਪ੍ਰੈਸ ਵਾਲੇ ਕੁਝ ਬੰਦੇ ਖੜੇ ਸੀ,
ਭਗਵੰਤ ਮਾਨ ਨੂੰ ਉਹਨਾਂ ਨੇ ਸਵਾਲ ਪੁੱਛਣੇ ਸ਼ੁਰੂ ਕਰਤੇ, ਮਾਨ ਨੇ ਜਵਾਬ ਦਿੱਤੇ, ਚਲੋ ਦੇਣੇ ਹੀ ਹੁੰਦੇ ਆ ਜੇ ਬੰਦਾ ਛੱਡ ਕੇ ਭੱਜਿਆ ਫਿਰ ਵੀ ਨਹੀਂ, ਕਹਿੰਦੇ ਕਿ ਭਾਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ, ਤੇ ਜੇ ਸਵਾਲਾਂ ਦੇ ਜਵਾਬ ਦਿੱਤੇ ਤਾਂ ਉਹਦੇ ਤੋਂ ਬਾਅਦ ਫਿਰ ਭਗਵੰਤ ਮਾਨ ਨੇ ਵੇਖਿਆ ਕਿ ਭਾਈ ਉਹ ਵਰਕਰ ਤਾਂ ਅਜੇ ਵੀ ਖੜੇ ਆ ਆਪਣੀ ਗੱਡੀ 'ਚ ਬੈਠੇ ਤੇ ਜਾਣ ਲੱਗੇ ਬਿਨਾਂ ਸਵਾਲਾਂ ਦਾ ਜਵਾਬ ਦਿੱਤੇ ਵਰਕਰਾਂ ਦੇ, ਤੇ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰਤੀ। ਅਸਲ ਦੇ ਵਿੱਚ ਉਹ ਗੁੱਸੇ ਇਸ ਕਰਕੇ ਸੀ, ਉਹ ਕਹਿੰਦੇ 15 ਦਿਨ ਪਹਿਲਾਂ ਤੱਕ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਚੰਗੇ ਵਰਕਰ ਸੀ ਤੁਹਾਡੀਆਂ ਨਜ਼ਰਾਂ 'ਚ, ਅਸੀਂ ਸੁਖਪਾਲ ਖਹਿਰਾ ਦੀ ਬਠਿੰਡਾ ਕਨਵੈਨਸ਼ਨ 'ਚ ਕੀ ਜਾਏ, ਭਗਵੰਤ ਮਾਨ ਸਾਹਿਬ ਤੁਸੀਂ ਸਾਨੂੰ ਆਰ ਐਸ ਐਸ ਦੇ ਏਜੰਟ ਦੱਸਤਾ, ਤੁਸੀਂ ਸਾਨੂੰ ਆਰ ਐਸ ਐਸ ਦੇ ਬੰਦੇ ਦੱਸਤਾ, ਸਾਨੂੰ ਸਪਸ਼ਟੀਕਰਨ ਦਿਓ ਕਿ ਤੁਸੀਂ ਕਿਹੜੇ ਆਧਾਰ ਦੇ ਉੱਤੇ ਸਾਨੂੰ ਆਰ ਐਸ ਐਸ ਦੇ ਨਾਲ ਜੋੜਨ ਦਾ ਯਤਨ ਕੀਤਾ। ਭਗਵੰਤ ਮਾਨ ਹੋਰਾਂ ਤੋਂ ਜਵਾਬ ਦਿੱਤਾ ਨਹੀਂ ਗਿਆ ਜਾਂ ਉਹ ਦੇਣਾ ਨਹੀਂ ਸੀ ਚਾਹੁੰਦੇ, ਉਹਨਾਂ ਦੇ ਜਿਹੜੇ ਸਿਕਿਉਰਿਟੀ ਗਾਰਡ ਸੀ ਉਹਨਾਂ ਨੇ ਮਸਾਂ ਭਗਵੰਤ ਮਾਨ ਸਾਹਿਬ ਦੀ ਗੱਡੀ ਉੱਥੋਂ ਬਾਹਰ ਕੱਢੀ। ਇਹ ਪਹਿਲਾ ਮੌਕਾ ਹੈ ਜਦੋਂ ਭਗਵੰਤ ਮਾਨ ਦਾ ਉਹਦੇ ਆਪਣੇ ਹਲਕੇ ਦੇ ਵਿੱਚ ਹਲਕਾ ਜਿਹਾ ਘਿਰਾਓ ਕਰਨ ਦਾ ਯਤਨ ਉਹ ਵੀ ਉਹਦੇ ਆਪਣੀ ਹੀ ਪਾਰਟੀ ਦੇ ਵਰਕਰਾਂ ਦੁਆਰਾ ਕੀਤਾ ਗਿਆ। ਇਹ ਸਥਿਤੀ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਸਾਹਿਬ ਦੇ ਲਈ ਮੁਸ਼ਕਲ ਬਣ ਸਕਦੀ ਹੈ। ਦੂਸਰੀ ਗੱਲ, ਇੱਕ ਬੂਟਾ ਸਿੰਘ ਬਰਾਗੀ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ, ਉਹਨਾਂ ਨੂੰ ਡਾਕਟਰ ਬਲਬੀਰ ਸਿੰਘ ਨੇ ਇਸ ਕਰਕੇ ਅਹੁਦੇ ਤੋਂ ਲਾਤਾ ਕਿਉਂਕਿ ਸਾਰੇ ਲੋਕ ਜਾਣਦੇ ਆ ਕਿ ਉਹ ਖਹਿਰਾ ਸਮਰਥਕ ਸੀ ਪਰ ਉਹ ਸਿੱਧੇ ਤੌਰ ਤੇ ਉਹਨਾਂ ਦੇ ਹੱਕ 'ਚ ਨਹੀਂ ਸੀ ਆਏ, ਤੇ ਹੁਣ ਜਦੋਂ ਉਹਨਾਂ ਨੂੰ ਸਪੋਕਸਪਰਸਨ ਦੇ ਅਹੁਦੇ ਤੋਂ ਲਾਤਾ, ਕੰਵਰ ਸੰਧੂ ਨੇ ਨਾਲ ਦੀ ਨਾਲ ਐਲਾਨ ਕਰਤਾ ਕਿ ਬੂਟਾ ਸਿੰਘ ਬਰਾਗੀ ਜਿਹੜੇ ਨੇ ਉਹ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਪੋਕਸਪਰਸਨ ਹੋਣਗੇ, ਇਧਰੋਂ ਲਾਏ ਉਧਰ ਅਪੁਆਇੰਟ ਕਰ ਦਿੱਤੇ ਜੀ। ਇਹ ਵੀ ਮਤਲਬ ਹੈ ਕਿ ਲੜਾਈ ਆਰ ਪਰ ਤੱਕ ਪਹੁੰਚ ਗਈ ਕਿ ਅਸੀਂ ਦੂਸਰੇ ਧੜੇ ਦਾ ਕੋਈ ਬੰਦਾ ਛੱਡਣਾ ਨਹੀਂ, ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਸਾਡੇ ਦੂਸਰੇ ਧੜੇ ਦੇ ਬੰਦੇ ਨੂੰ ਹੱਥ ਲਾ ਕੇ ਵਿਖਾਓ, ਅਸੀਂ ਤੁਹਾਡੇ ਨਾਲ ਵੀ ਵਧੀਆ ਕੁਰਸੀ ਜਿਹੜੀ ਉਹਨੂੰ ਦੇਵਾਂਗੇ। ਇਹਦੇ ਨਾਲ ਨਾਲ ਬਠਿੰਡੇ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਮੀਟਿੰਗ ਸੱਦ ਲਈ ਕਿ ਭਾਈ ਤਿਆਰੀ ਕਰੀਏ, ਪਰ ਜਦੋਂ ਆਮ ਆਦਮੀ ਪਾਰਟੀ ਨੇ ਮੀਟਿੰਗ ਸੱਦ ਲਈ ਉਹਦੇ ਵਿੱਚ ਅੱਧੇ ਬੰਦੇ ਕੇਜਰੀਵਾਲ ਜ਼ਿੰਦਾਬਾਦ, ਅੱਧੇ ਬੰਦੇ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ, ਤਿਆਰੀ ਤਾਂ ਕੋਈ ਹੋ ਨਹੀਂ ਸਕੀ, ਪਰ ਇੰਨੀ ਗੱਲ ਜ਼ਰੂਰ ਹੋ ਗਈ ਕਿ ਬਠਿੰਡੇ 'ਚ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਹਾਲਾਤ ਆਮ ਆਦਮੀ ਪਾਰਟੀ ਦੇ ਅੱਧ ਵਿਚਾਲੇ ਟੁੱਟਣ ਵਾਲੇ ਹੋਏ ਪਏ ਆ। ਸੋ ਵੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਿੱਧਰ ਨੂੰ ਚੱਲਦੀ ਹੈ, ਪਰ ਹਾਲ ਦੀ ਘੜੀ ਨਜ਼ਰਾਂ ਟਿੱਕੀਆਂ ਹੋਈਆਂ ਕਿ ਕੱਲ੍ਹ ਨੂੰ ਯਾਨੀ ਕਿ 15 ਅਗਸਤ ਨੂੰ ਕਰਨੈਲ ਸਿੰਘ ਈਸੜੂ ਦੀ ਯਾਦ ਦੇ ਵਿੱਚ ਜਿਹੜਾ ਲੁਧਿਆਣੇ ਨੇੜੇ ਈਸੜੂ ਪਿੰਡ ਦੇ ਵਿੱਚ ਮੇਲਾ ਲੱਗਦਾ, ਉੱਥੇ ਆਮ ਆਦਮੀ ਪਾਰਟੀ ਦੇ ਕਿਹੜੇ ਧਿਰ ਦੀਆਂ ਸਰਗਰਮੀਆਂ ਕਿਹੋ ਜਿਹੀਆਂ ਰਹਿਣਗੀਆਂ ਜੀ। ਅਗਲੀ ਖਬਰ ਵਟਸਐਪ ਪੰਜਾਬ ਪੁਲਿਸ ਨਾਲ ਸੰਬੰਧਿਤ ਆ। ਪੰਜਾਬ ਪੁਲਿਸ ਆਪਣੇ ਕੁਝ ਕੁ ਮੁਲਾਜ਼ਮਾਂ ਦੇ ਕੁਝ ਕੁ ਅਧਿਕਾਰੀਆਂ ਦੇ ਪੁੱਠੇ ਸਿੱਧੇ ਕੰਮਾਂ ਕਰਕੇ ਕੁਝ ਨਾ ਪੱਖੀ ਚਰਚਾ ਦੇ ਵਿੱਚ ਥੋੜ੍ਹੇ ਚਿਰ ਬਾਅਦ ਆਈ ਰਹਿੰਦੀ ਹੈ। ਹੁਣ ਖਬਰ ਹੈ ਕਿ 2 ਘਟਨਾਵਾਂ ਇਹੋ ਜਿਹੀਆਂ ਨੇ ਜਿੱਥੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਕੁਝ ਆਪਣੀ ਡਿਊਟੀ ਦਾ ਨਜਾਇਜ਼ ਫਾਇਦਾ ਲੈਂਦਿਆਂ ਹੋਇਆਂ ਜਾਂ ਫਿਰ ਰਿਸ਼ਵਤ ਵਗੈਰਾ ਦੇ ਕੇਸਾਂ 'ਚ, ਉਹਨਾਂ ਬਾਰੇ ਥੋੜ੍ਹੀ ਵਿਸਤਾਰ ਨਾਲ ਸਾਨੂੰ ਜਾਣਕਾਰੀ ਦੇ ਦਿਓ, ਕੀ ਚੱਕਰ ਹੈ ਪੂਰਾ? ਹਰਕਮਲ ਸਿੰਘ ਜੀ, ਇਮਾਨਦਾਰੀ ਨਾਲ ਕੰਮ ਕਰਨ ਵਾਲੇ ਬੰਦਿਆਂ ਦੀ ਵੀ ਗਿਣਤੀ ਪੰਜਾਬ ਪੁਲਿਸ 'ਚ ਘੱਟ ਨਹੀਂ ਹੈਗੀ, ਕਰਦੇ ਨੇ ਲੋਕ ਇਮਾਨਦਾਰੀ ਨਾਲ ਕੰਮ ਜੀ। ਪਰ ਇਹਦੇ ਤੋਂ ਇਲਾਵਾ ਆ ਪਿਛਲੇ ਦਿਨੀ ਇੱਕ ਹਾਕੀ ਦਾ ਖਿਡਾਰੀ ਪਰ DSP ਦੇ ਅਹੁਦੇ ਤੇ ਪਹੁੰਚ ਗਿਆ ਸੀ, ਉਹ ਫੜਿਆ ਗਿਆ, ਇੱਕ ਲੜਕੀ ਨੇ ਬਹੁਤ ਵੱਡੇ ਦੋਸ਼ ਲਾਏ ਸੀ। ਇਹਦੇ ਤੋਂ ਇਲਾਵਾ ਬਰਖਾਸਤ ਕੀਤਾ ਗਿਆ ਇੰਸਪੈਕਟਰ ਇੰਦਰਜੀਤ ਜੇਲ੍ਹ ਦੇ ਵਿੱਚ ਹੈ ਜੀ। ਹੋਰ ਬਹੁਤ ਬੰਦੇ ਨੇ, ਇੱਕ ਇੱਕ ਦਿਨ ਦੇ ਵਿੱਚ 12-12, 13-13 ਬੰਦੇ ਵੀ ਸਸਪੈਂਡ ਹੋਏ ਪਿਛਲੇ ਦਿਨਾਂ 'ਚ ਡਿਊਟੀ ਦੇ ਵਿੱਚ ਕੁਤਾਹੀਆਂ ਦੇ ਕਰਕੇ। ਹੁਣ 2 ਘਟਨਾਵਾਂ, ਇੱਕ ਪੱਟੀ ਦੀ ਹੈ ਤੇ ਦੂਸਰੀ ਘਟਨਾ ਮੋਗੇ ਦੀ, ਆਪਾਂ ਪੱਟੀ ਵਾਲੀ ਘਟਨਾ ਤੋਂ ਗੱਲ ਸ਼ੁਰੂ ਕਰਦੇ ਹਾਂ ਜੀ। ਉੱਥੇ ਇੱਕ SHO ਸਮੇਤ ਕੁਝ ਉਹਦੇ ਸਾਥੀ ਪੁਲਿਸ ਕਰਮਚਾਰੀ ਡਿਸਮਿਸ ਕੀਤੇ ਨੇ, ਸਿੱਧੇ ਬਰਖਾਸਤ ਜੀ। ਕਾਰਨ ਕੀ ਰਿਹਾ? ਦੋਸ਼ ਲੱਗਾ ਕਿ ਇੱਕ ਕਿਸਾਨ ਨੂੰ ਝੂਠੇ ਨਸ਼ੇ ਦੇ ਕੇਸ ਦੇ ਵਿੱਚ ਫਸਾਉਣ ਦਾ ਡਰਾਵਾ ਦੇ ਕੇ ਉੱਥੋਂ 50,000 ਰੁਪਏ ਦੀ ਰਿਸ਼ਵਤ ਲੈਂਦੇ ਸੀ ਤੇ ਰੰਗੇ ਹੱਥੀਂ ਫੜ ਲਿਆ। ਘਟਨਾ ਵਾਪਰੀ ਕਿਵੇਂ, ਕਹਾਣੀ ਕੀ ਜੀ? ਪੂਰਾ 1 ਮਹੀਨਾ ਪਹਿਲਾਂ 14 ਜੁਲਾਈ ਨੂੰ BSF ਵਾਲੇ ਇੱਕ ਨਸ਼ਾ ਤਸਕਰ ਮੇਜਰ ਸਿੰਘ ਨੂੰ ਫੜਦੇ ਆ ਜੀ। ਉਹ 2 ਤਸਕਰ ਸੀ, ਇੱਕ ਭੱਜ ਗਿਆ ਗੁਰਵਿੰਦਰ ਸਿੰਘ, ਚਲੋ ਇੱਕ ਫੜਿਆ ਗਿਆ, ਉਹਨੇ ਸਾਰਾ ਉਹਦਾ ਨਾਂ ਥਾਂ ਪਤਾ ਦੱਸਤਾ, ਪੱਟੀ ਥਾਣੇ ਦੇ ਵਿੱਚ ਕੇਸ ਦਰਜ ਕੀਤਾ ਤੇ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਡਿਊਟੀ ਪੱਟੀ ਥਾਣੇ ਦੀ ਸੀ ਜਿੱਥੇ SHO ਲੱਗੇ ਪ੍ਰੀਤ ਇੰਦਰ ਸਿੰਘ ਜੀ। ਚਲੋ ਇਹਨਾਂ ਨੇ 2-4 ਵਾਰੀ ਛਾਪਾ ਮਾਰਿਆ ਕਿਉਂਕਿ ਗੁਰਵਿੰਦਰ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ, ਬਹੁਤਾ ਦੂਰ ਤਾਂ ਨਹੀਂ ਪਰ ਫਿਰ ਵੀ ਫਿਰੋਜ਼ਪੁਰ ਜ਼ਿਲ੍ਹੇ 'ਚ ਪੈਂਦਾ। ਹੁਣ 9 ਤਰੀਕ ਨੂੰ ਯਾਨੀ ਕਿ 9 ਅਗਸਤ ਨੂੰ, 14 ਅਗਸਤ, 5 ਦਿਨ ਪਹਿਲਾਂ ਦੀ ਗੱਲ ਹੈ ਜੀ, SHO ਪ੍ਰੀਤਿੰਦਰ ਸਿੰਘ ਨੇ ਇੱਕ ਸਰਕਾਰੀ ਗੱਡੀ ਦਿੱਤੀ ਆਪਣੇ 3 ਕਰਮਚਾਰੀਆਂ ਨੂੰ ਕਿ ਜਾਓ ਤੁਸੀਂ ਜਾ ਕੇ ਨਾ ਗੁਰਵਿੰਦਰ ਸਿੰਘ ਨੂੰ ਲੈ ਕੇ ਆਓ, ਚਾਹੇ 1-2 ਦਿਨ ਲੱਗ ਵੀ ਜਾਵੇ ਤਾਂ ਵੀ ਲੈ ਕੇ ਆਇਓ। ਉਹ ਛਾਪਾ ਮਾਰਨ ਜਾਂਦੇ ਆ, ਗੁਰਵਿੰਦਰ ਸਿੰਘ ਜਾਂਦੇ ਨੂੰ ਫੇਰਿਆ ਨਹੀਂ, ਦੇਖੋ ਜਿਹਨੂੰ ਪਤਾ ਕਿ ਮੇਰੇ ਘਰੇ ਛਾਪਾ ਪੈਂਦਾ ਮੈਨੂੰ ਚੱਕ ਲੈਣਾ, ਮੁੜ ਕੇ 5-7 ਸਾਲ ਮੈਥੋਂ ਜੇਲੋਂ ਬਾਹਰ ਨਹੀਂ ਨਿਕਲਿਆ ਜਾਣਾ, ਉਹ ਬੰਦਾ ਘਰੇ ਰਹਿੰਦਾ ਜੀ, ਉਹ ਤਾਂ ਲੱਭਾ ਨਾ। ਇੱਕ ਕਿਸਾਨ ਜਿਹਦਾ ਨਾਮ ਜਿਹੜਾ ਹਰਪਿੰਦਰ ਸਿੰਘ ਹੈ, ਉਹਨੇ ਮੋਢੇ ਤੇ ਕਹੀ ਰੱਖੀ ਹੈ ਤੁਰਿਆ ਜਾਂਦਾ ਖੇਤ ਨੂੰ ਨੱਕਾ ਕਰਨ, ਪੁਲਿਸ ਵਾਲੇ ਚੱਕ ਕੇ ਉਹ ਗੱਡੀ ਸਿੱਟ ਲਿਆ ਜੀ ਕਿ ਭਾਈ ਤੂੰ ਹਰਵਿੰਦਰ ਹੈ, ਗੁਰਵਿੰਦਰ ਹੈ? ਉਹ ਕਹਿੰਦਾ ਨਹੀਂ ਜੀ ਮੈਂ ਤਾਂ ਹਰਪਿੰਦਰ। ਉਹ ਨਹੀਂ ਮੰਨੇ, ਕਹਿੰਦੇ ਚਾਹੇ ਤੂੰ ਜਿਹੜਾ ਮਰਜ਼ੀ ਭਿੰਦਰ ਹੈ, ਚੱਲ ਆ ਸਾਡੇ ਨਾਲ ਪੱਟੀ ਥਾਣੇ ਲੈ ਆਇਓ ਜੀ। 15 ਮਿੰਟਾਂ ਦੇ ਵਿੱਚ ਵਿੱਚ ਪੁੱਛਗਿੱਛ ਤੋਂ ਕਲੀਅਰ ਹੋ ਗਿਆ ਕਿ ਬੰਦਾ ਤਾਂ ਹੋਰ ਹੈ, ਇਹਦਾ ਕੋਈ ਨਸ਼ਿਆਂ ਨਾਲ ਲੈਣਾ ਦੇਣਾ ਨਹੀਂ,
ਇਹ ਤਾਂ ਮਿਹਨਤ ਕਰਦਾ ਹੈ ਆਪਣੇ ਖੇਤਾਂ ਦੇ ਵਿੱਚ, ਟੱਬਰ ਦਾ ਢਿੱਡ ਭਰਦਾ, ਇਹਦਾ ਇਸ ਤਰ੍ਹਾਂ ਦੇ ਮਸਲੇ ਦੇ ਨਾਲ ਕੋਈ ਸੰਬੰਧ ਹੀ ਨਹੀਂ ਜੀ। ਪਰ ਗੱਲ ਕਿੱਥੇ ਗਈ, ਉਹ ਕਹਿੰਦੇ ਜੇ ਤੂੰ ਆਏ ਗਿਆ ਹੁਣ ਸੁੱਕਾ ਤਾਂ ਨੀ ਜਾਣ ਦਿੰਦੇ ਭਾਈ। ਪੂਰੇ 2 ਦਿਨ ਤੇ 2 ਰਾਤਾਂ ਉਹ ਬੰਦਾ ਥਾਣੇ ਚ ਰੱਖਿਆ, ਉਹਨੂੰ ਟੋਰਚਰ ਵੀ ਕਰਦੇ ਆ, ਤੇ ਆਖਿਰਕਾਰ ਇਸ ਗੱਲ ਦੇ ਲਈ ਉਹਨੂੰ ਮਨਾਇਆ ਕਿ ਭਾਈ ਤੇਰੇ ਤੇ ਅਸੀਂ ਨਸ਼ਿਆਂ ਦਾ ਪਰਚਾ ਪਾ ਦੇਣਾ ਫਿਰ ਨਾ ਕਹੀਂ, ਨਹੀਂ ਤਾਂ ਸਾਨੂੰ 50,000 ਰੁਪਇਆ ਰਿਸ਼ਵਤ ਦੇ, ਅਸੀਂ ਤੈਨੂੰ ਫੇਰ ਛੱਡਣਾ ਜੀ। ਉਸ ਬੰਦੇ ਦਾ ਕੋਈ ਲੈਣਾ ਦੇਣਾ ਨੀ ਉਸ ਮਸਲੇ ਨਾਲ, ਸਿਰਫ ਉਹ ਰਾਹ ਵਿੱਚ ਤੁਰਿਆ ਜਾਂਦਾ ਸੀ ਕਿ ਅੱਕੇ ਰਹੇ ਚਲੋ। ਹੁਣ ਉਹਨੂੰ ਛੱਡ ਦਿੱਤਾ, ਉਹ ਕਹਿੰਦਾ ਮੈਂ ਸ਼ਾਮ ਤੱਕ 50,000 ਦਾ ਇੰਤਜ਼ਾਮ ਕਰਕੇ ਤੁਹਾਨੂੰ ਦੇ ਦੇਣਾ, ਘਬਰਾਓ ਨਾ, ਮੇਰੀ ਜਾਨ ਛੱਡੋ। ਉਹਨੇ ਘਰੇ ਆ ਕੇ ਦੱਸਿਆ ਤੇ ਘਰ ਦੇ ਇੱਕ ਮੈਂਬਰ ਨੇ ਵਿਜੀਲੈਂਸ ਨੂੰ ਟੈਲੀਫੋਨ ਕਰਤਾ ਜੀ ਅਸੀਂ 50,000 ਦਾ ਇੰਤਜ਼ਾਮ ਕਰਨ ਲੱਗੇ। ਏਦਾਂ ਏਦਾਂ ਕਰਕੇ SHO ਪ੍ਰੀਤਿੰਦਰ ਸਿੰਘ ਪੱਟੀਆ ਤੋਂ ਉਹਦੇ 3 ਸਾਥੀ ਹੋਰ ਨੇ, ਉਹ ਬੰਦੇ ਸਾਡੇ ਤੋਂ ਪੈਸੇ ਲੈਣ ਆਉਣਗੇ ਵਿਜੀਲੈਂਸ ਵਾਲੇ, ਕਹਿੰਦੇ ਜਾਓ ਕੋਈ ਗੱਲ ਨੀ ਫਲਾਣੀ ਜਗ੍ਹਾ ਤੇ ਦੇ ਦਿਓ ਜੀ। ਉਹ ਜਦੋਂ ਪੈਸੇ ਫੜਾਉਂਦੇ ਸੀ ਤਾਂ ਪ੍ਰੀਤਿੰਦਰ 50,000 ਰੁਪਇਆ ਰੰਗੇ ਹੱਥੀਂ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਚੱਕ ਲਿਆ ਜੀ। ਇਨਕੁਆਇਰੀ ਕੀਤੀ, 4 ਬੰਦੇ ਡਿਸਮਿਸ ਕੀਤੇ ਮੁੱਢਲੀ ਜਾਂਚ ਤੋਂ ਬਾਅਦ, ਹੈੱਡ ਕਾਂਸਟੇਬਲ ਅਸ਼ਾਲ ਸਿੰਘ, ਹੈੱਡ ਕਾਂਸਟੇਬਲ ਬਲਵਿੰਦਰ ਸਿੰਘ, ਕਾਂਸਟੇਬਲ ਗੁਰਵਿੰਦਰ ਸਿੰਘ ਤੇ ਨਾਲ SHO ਜਿਹੜਾ ਪ੍ਰੀਤਿੰਦਰ ਸਿੰਘ, ਤੁਰੰਤ ਡਿਸਮਿਸ ਕਰ ਦਿੱਤੇ ਜਾਂਚ ਪੜਤਾਲ ਕਰਕੇ ਜਦੋਂ ਪਤਾ ਲੱਗਾ ਕਿ ਦੋਸ਼ੀ ਨੇ ਜੀ। ਹੁਣ ਇਹ ਘਟਨਾ ਬਹੁਤ ਵੱਡੀ ਪੱਧਰ ਤੇ ਫੈਲ ਗਈ ਕਿ ਭਾਈ ਜੇ 2018 ਦੇ ਵਿੱਚ ਵੀ ਇਹ ਕੰਮ ਚੱਲੀ ਜਾਂਦਾ ਝੂਠੇ ਪਰਚੇ ਕਰਨ ਦਾ, ਦਬਾਅ ਪਾ ਕੇ ਲੋਕਾਂ ਤੋਂ ਪੈਸੇ ਧੇਲੇ ਜਿਹੜੇ ਉਹ ਠੱਗੇ ਜਾ ਰਹੇ ਆ, ਤਾਂ ਫਿਰ ਗੱਲ ਜਾਏਗੀ ਕਿੱਧਰ। ਦੇਖੋ ਮਾਨਸਿਕਤਾ ਨਹੀਂ ਬਦਲ ਰਹੀ ਜੀ, ਠੀਕ ਹੈ, ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਜੀ, ਹੁਣ ਆਹ ਵੀ ਠੀਕ ਹੋ ਗਿਆ, ਹੁਣ ਉਹ ਵੀ ਠੀਕ ਹੋ ਰਿਹਾ, ਪਰ ਜਦ ਤੱਕ ਮਾਨਸਿਕਤਾ ਨਹੀਂ ਬਦਲਦੀ ਉਦੋਂ ਤੱਕ ਕਮਲ ਸਿੰਘ ਦੀ ਕੰਮ ਲੋਟ ਨਹੀਂ ਨਾ ਆਉਣਾ। ਬਿਲਕੁਲ। ਦੂਸਰੀ ਘਟਨਾ ਜਿਹੜੀ ਮੋਗੇ ਦੀ ਹੈ, ਉੱਥੇ ਐਂਟੀ ਨਾਰਕੋਟਿਕਸ ਤੇ ਡਰੱਗ ਸੈੱਲ ਮੋਗਾ ਦਾ ਜਿਹੜਾ ਮੁਖੀ ਹੈ ਰਮੇਸ਼ਪਾਲ ਸਿੰਘ ਇੰਸਪੈਕਟਰ, ਉਹਦੇ ਖਿਲਾਫ ਕਰਪਸ਼ਨ ਦਾ ਮਾਮਲਾ ਦਰਜ ਕਰਕੇ ਉਹਨੂੰ ਹੁਣ ਗ੍ਰਿਫਤਾਰ ਕੀਤਾ ਗਿਆ। ਹੋਇਆ ਕੀ, ਉਹਨਾਂ ਨੂੰ ਇੱਕ ਸੂਚਨਾ ਮਿਲੀ ਕਿ ਭਾਈ ਮੋਗੇ ਸ਼ਹਿਰ ਦੇ ਫਲਾਨੇ ਮੁਹੱਲੇ ਦੇ ਫਲਾਨੇ ਘਰ ਦੇ ਵਿੱਚ ਰਹਿਣ ਵਾਲੀ ਜਿਹੜੀ ਔਰਤ ਨਸ਼ਾ ਤਸਕਰ ਹੈ, ਕਹਿੰਦੇ ਪਤਾ, ਉਹ ਕਹਿੰਦੇ ਹੁਣੇ ਹੁਣੇ ਸਮਾਨ ਉਹਦੇ ਕੋਲ ਆਇਆ, ਜੇ ਰੇਡ ਕਰੋ ਤਾਂ ਫੜੀ ਜਾ ਸਕਦੀ ਹੈ। ਚਲੋ ਰੇਡ ਕੀਤੀ, 5 ਕਿਲੋ ਭੁੱਕੀ ਉਹਦੇ ਘਰੋਂ ਬਰਾਮਦ ਹੋ ਗਈ, ਤੇ ਜਦੋਂ 5 ਕਿਲੋ ਭੁੱਕੀ ਘਰੋਂ ਬਰਾਮਦ ਹੋਈ, 2,43,000 ਰੁਪਇਆ ਕੁਝ ਗਹਿਣੇ ਗੱਟੇ ਵੀ ਬਰਾਮਦ ਹੋ ਗਏ। ਪਰ ਜਦੋਂ ਜਾ ਕੇ ਇੰਸਪੈਕਟਰ ਸਾਹਿਬ ਨੇ ਥਾਣੇ ਪਰਚਾ ਦਰਜ ਕੀਤਾ, ਕਹਿੰਦੇ ਜੀ 5 ਕਿਲੋ ਭੁੱਕੀ ਫੜੀ ਗਈ ਹੈ, ਔਰਤ ਵੀ ਫੜ ਲਈ ਹੈ, 1,580 ਰੁਪਇਆ ਕੈਸ਼ ਬਰਾਮਦ ਹੋਏ, ਰੁਪਈਏ ਬਰਾਮਦ ਹੋਏ 2,43,000 ਜੀ, ਤੇ ਪਰਚੇ ਚ ਪਾਏ 1,580 ਰੁਪਈਏ, ਬਾਕੀ 2,41,500 ਰੁਪਇਆ ਕਿੱਥੇ ਗਿਆ, ਇਹਦਾ ਕੋਈ ਹਿਸਾਬ ਕਿਤਾਬ ਨਹੀਂ। ਦੇਖੋ ਧੂੰਆਂ ਵੀ ਨਹੀਂ ਸੀ ਨਿਕਲਣਾ, ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਣਾ ਕਿ ਇੱਦਾਂ ਵੀ ਹੁੰਦਾ। ਹੋਇਆ ਇਹ ਕਿ ਪਰਚਾ ਦਰਜ ਕਰ ਦਿੱਤਾ, ਸਭ ਕੁਝ ਹੋ ਗਿਆ, ਪੈਸੇ ਵੰਡਣ ਤੋਂ ਲੜ ਪਿਆ ਜਿਹੜੀ 4 ਬੰਦੇ ਰੇਡ ਕਰਨ ਗਏ ਸੀ ਜੀ। ਹੁਣ ਮੁਖੀ ਕਹਿੰਦਾ ਹੁਣ ਅੱਧੇ ਪੈਸੇ ਮੇਰੇ, ਤੁਸੀਂ ਮੇਰੇ ਅਧੀਨ ਕੰਮ ਕਰਦੇ, ਅੱਧੇ ਪੈਸੇ ਸਾਰੇ ਵੰਡ ਲਓ। ਉਹ ਕਹਿੰਦੇ ਹੋਣੇ ਕਿ 1-2 ਨੰਬਰ ਦੇ ਕੰਮ ਚ ਕਾਹਦੀ ਅਧੀਨਗੀ ਭਾਈ ਜੀ, 2 ਨੰਬਰ ਦੇ ਕੰਮ ਚ ਕਾਹਦੀ ਅਫਸਰੀ ਤੇ ਕਾਹਦੀ ਚੱਕਰੀ, ਪੈਸੇ ਬਰਾਬਰ ਵੰਡੋ 4 ਹਿੱਸਿਆਂ ਚ, ਕੱਲ ਨੂੰ ਕੋਈ ਪੰਗਾ ਪਿਆ ਤਾਂ 4ਾਂ ਨੂੰ ਪੈਣਾ ਜੀ। ਇਸੇ ਗੱਲ ਤੋਂ ਰਫੜ ਪੈ ਗਿਆ, ਇੱਕ ਨੇ ਚੱਕ ਕੇ ਟੈਲੀਫੋਨ ਵੱਡੇ ਅਫਸਰਾਂ ਨੂੰ ਕਰ ਦਿੱਤਾ, ਉਹਨਾਂ ਨੇ ਜਾਂਚ ਕੀਤੀ, 2 ਘੰਟੇ ਚ ਪਤਾ ਲੱਗ ਗਿਆ ਕਿ ਭਾਈ ਇਹਦੇ ਵਿੱਚ ਬੰਦੇ ਦਾ ਕਸੂਰ ਤਾਂ ਹੈਗਾ, ਪੈਸੇ 2,43,000 ਲਿਆਏ ਆ ਤੇ ਪਰਚੇ ਚ 1,580 ਦੱਸੇ ਆ। ਉਸੇ ਵੇਲੇ ਪਰਚਾ ਦਰਜ ਕਰਕੇ ਰਮੇਸ਼ਪਾਲ ਨੂੰ ਸਸਪੈਂਡ ਵੀ ਕਰ ਦਿੱਤਾ ਤੇ ਕਾਬੂ ਵੀ ਕਰ ਲਿਆ। ਦੇਖੋ ਇਹ 2 ਘਟਨਾਵਾਂ ਤੋਂ ਹੀ ਪਤਾ ਲੱਗਦਾ ਕਿ ਅਜੇ ਤੱਕ ਪੁਲਿਸੀਆ ਤੰਤਰ ਦੇ ਵਿੱਚ ਬਹੁਤ ਵੱਡੇ ਸੁਧਾਰਾਂ ਦੀ ਲੋੜ ਹੈ, ਸੁਧਾਰ ਹੁੰਦੇ ਕਦੋਂ ਹੈ ਇੰਤਜ਼ਾਰ ਰਹੇਗਾ ਜੀ। ਇੱਕ ਵਟਸਐਪ, ਭਾਰਤ ਦੇ ਕਈ ਸੂਬਿਆਂ ਦੇ ਕਈ ਵਿਸ਼ੇਸ਼ ਇਲਾਕੇ ਜਿਹੜੇ ਜ਼ਿਆਦਾ ਬਾਰਿਸ਼ ਦੇ ਪਾਣੀ ਦੀ ਮਾਰ ਹੇਠ ਆਉਣ ਦੀ ਖਬਰ ਹੈ, ਉਹਦੇ ਬਾਰੇ ਸਾਨੂੰ ਦੱਸ ਦਿਓ ਥੋੜ੍ਹਾ ਵਿਸਥਾਰ ਨਾਲ, ਕਿਹੜੀ ਕਿਹੜੀ ਸਟੇਟਸ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਅਤੇ ਕੀ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਉੱਥੇ ਹੋਇਆ, ਕਿੰਨਾ ਕੁ ਜਨਜੀਵਨ ਪ੍ਰਭਾਵਿਤ ਹੋਇਆ। ਹਰਕਮਲ ਸਿੰਘ ਜੀ, ਜੰਮੂ ਕਸ਼ਮੀਰ ਥੋੜ੍ਹਾ, ਹਿਮਾਚਲ ਅਤੇ ਕੇਰਲਾ ਬਹੁਤਾ, ਅਤੇ ਉੱਤਰਾਖੰਡ ਠੀਕ ਠਾਕ ਜਿਹਾ ਇਸ ਵੇਲੇ ਮੀਂਹ ਦੀ ਮਾਰ ਹੇਠ ਹੈ, ਨੁਕਸਾਨ ਲਗਾਤਾਰ ਹੋ ਰਿਹਾ ਜੀ। ਦੇਖੋ ਕੇਰਲਾ ਦੇ ਵਿੱਚ 9,000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਮੀਂਹ ਦੇ ਕਰਕੇ, ਹੜ੍ਹ ਦੇ ਕਰਕੇ, ਕਿਉਂਕਿ ਇੱਕੋ ਦਮ 2 ਦਿਨ ਇੰਨਾ ਮੀਂਹ ਪਿਆ ਕੇ ਉਹਦੇ ਕਰਕੇ ਹੜ੍ਹ ਆ ਗਏ ਜੀ, ਸਾਰੇ ਡੈਮਾਂ ਦੇ ਗੇਟ ਖੋਲਣੇ ਪਏ, ਸਾਰਾ ਕੇਰਲਾ ਜਿਹੜਾ ਇਸ ਵੇਲੇ ਪਾਣੀ 'ਚ ਡੁੱਬਿਆ ਪਿਆ। 9,000 ਕਰੋੜ ਦਾ ਨੁਕਸਾਨ, 10,000 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬੁਰੇ ਤਰੀਕੇ ਤਬਾਹ ਹੋ ਗਈਆਂ, ਸਾਰੀਆਂ ਦੁਬਾਰਾ ਬਣਾਉਣੀਆਂ ਪੈਣੀਆਂ ਜੀ। ਇੱਥੋਂ ਤੱਕ ਕਿ 20,000 ਮਕਾਨ ਢਹਿ ਗਏ, 7,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਕੈਂਪਾਂ ਦੇ ਵਿੱਚ ਲਿਜਾਣਾ ਪਿਆ, ਤੇ ਲੋਕਾਂ ਨੇ ਵੀ ਕਿਹਾ ਜੀ ਬਿਨਾਂ ਸੂਚਨਾ ਦਿੱਤਿਆਂ ਜਿਹੜੇ ਗੇਟ ਖੋਲੇ, ਬਹੁਤਾ ਨੁਕਸਾਨ ਉਹਦੇ ਕਰਕੇ ਹੋਇਆ। ਚਲੋ ਆਪਾਂ ਹੁਣ ਹਿਮਾਚਲ ਪ੍ਰਦੇਸ਼ ਚੱਲਦੇ ਹਾਂ ਜੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ 3 ਦਿਨਾਂ ਤੋਂ ਹਰਕਮਲ ਸਿੰਘ ਜੀ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਗਏ ਆ, 800 ਤੋਂ ਵੱਧ ਸੜਕਾਂ ਵੱਧ ਮੀਂਹ ਦੇ ਕਰਕੇ, ਹੜ੍ਹ ਦੇ ਕਰਕੇ, ਢਿੱਗਾਂ ਡਿੱਗਣ ਦੇ ਕਰਕੇ ਬੰਦ ਨੇ 800 ਤੋਂ ਵੱਧ ਸੜਕਾਂ ਜੀ। 19 ਲੋਕਾਂ ਦੀ ਪਿਛਲੇ 48 ਘੰਟਿਆਂ ਦੇ ਵਿੱਚ ਮੌਤ ਹੋਣ ਦੀਆਂ ਖਬਰਾਂ ਦੀ ਪੁਸ਼ਟੀ ਹੋ ਗਈ। ਸਭ ਤੋਂ ਵੱਡਾ ਮਸਲਾ ਇਹ ਹੈ ਕਿ ਬਹੁਤ ਸਾਰੇ ਟੂਰਿਸਟ ਗਏ ਹੋਏ ਨੇ ਜੀ, ਉਹ ਜਿਹੜੇ ਸੈਲਾਨੀ ਨੇ, ਉਹ ਜਿਹੜੇ ਟੂਰਿਸਟ ਨੇ, ਉਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਦੇਖੋ ਜਿਹੜਾ ਬੰਦਾ ਤਾਂ ਸ਼ਿਮਲੇ ਪਹੁੰਚ ਗਿਆ, ਕੁੱਲੂ ਪਹੁੰਚ ਗਿਆ, ਮਨਾਲੀ ਪਹੁੰਚ ਗਿਆ, ਡਲਹੌਜ਼ੀ ਪਹੁੰਚ ਗਿਆ, ਉਸ ਬੰਦੇ ਨੂੰ ਕੋਈ ਖਤਰਾ ਨਹੀਂ ਜੀ, ਉਹ ਬੰਦਾ ਤਾਂ ਸ਼ਹਿਰ 'ਚ ਬੈਠਾ,
ਉਹਨੂੰ ਉੱਥੇ ਬੱਚਿਆਂ ਦੇ ਲਈ ਦੁੱਧ ਵੀ ਮਿਲੀ ਜੂ, ਦਵਾਈਆਂ ਮਿਲ ਜਾਣਗੀਆਂ, ਸਭ ਕੁਝ ਮਿਲੀ ਜੂ। ਪਰ ਜਿਹੜਾ ਬੰਦਾ ਰਾਹ 'ਚ ਫਸ ਗਿਆ, ਉਹਦੇ ਸੜਕ ਦੇ ਅਗਲੇ ਪਾਸੇ ਵੀ ਢਿੱਗ ਡਿੱਗ ਪਈ, ਪਿੱਛੇ ਵੀ ਢਿੱਗ ਡਿੱਗ ਪਈ, ਕੀ ਗਰੰਟੀ ਆ ਕਿ ਭਾਈ ਉਹਦੀ ਕਾਰ ਦੇ ਉੱਤੇ ਵੀ ਢਿੱਗ ਨਹੀਂ ਡਿੱਗੂ? ਜੀ, ਕਿਉਂਕਿ ਅਜੇ 2 ਦਿਨ ਲਗਾਤਾਰ ਮੀਂਹ ਹੋਰ ਦੱਸਿਆ, ਇਸ ਕਰਕੇ ਹਾਲਾਤ ਉੱਥੇ ਖਰਾਬ ਹੋ ਗਏ। ਇਹਦੇ ਨਾਲ ਨਾਲ ਦੇਖੋ, ਸਭ ਤੋਂ ਅਹਿਮ ਮਸਲਾ ਇਹ ਹੋ ਗਿਆ ਕਿ ਅਜੇ ਤੱਕ ਮੀਂਹ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਆਉਣ ਦੀ ਸੰਭਾਵਨਾ ਨਹੀਂ। ਬਹੁਤ ਸਾਰੇ ਥਾਵਾਂ ਦੇ ਉੱਤੇ ਸਕੂਲਾਂ 'ਚ ਛੁੱਟੀਆਂ ਕਰਤੀਆਂ, ਕਾਲਜਾਂ 'ਚ ਛੁੱਟੀਆਂ ਕਰਤੀਆਂ, ਉੱਤਰਾਖੰਡ 'ਚ ਵੀ ਇਹੀ ਹਾਲ ਹੈ, ਹਿਮਾਚਲ ਪ੍ਰਦੇਸ਼ ਵਿੱਚ ਵੀ ਇਹੀ ਹਾਲ ਹੈ ਜੀ। ਤੇ ਹੁਣ ਕਿਨੌਰ, ਸ਼ਿਮਲਾ, ਚੰਬਾ, ਮਨਾਲੀ, ਕੁੱਲੂ, ਸਿਰਮੌਰ, ਇਹ ਸਾਰੇ ਜ਼ਿਲ੍ਹੇ ਆ ਨਾ, ਇਹਨਾਂ ਜ਼ਿਲ੍ਹਿਆਂ ਦੇ ਬਹੁਤੇ ਲੋਕਾਂ ਦਾ ਸੰਪਰਕ ਭਾਰਤ ਦੇ ਬਾਕੀ ਇਲਾਕਿਆਂ ਦੇ ਨਾਲੋਂ ਬੁਰੇ ਤਰੀਕੇ ਟੁੱਟ ਗਿਆ। ਹੁਣ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ ਇਸ ਹਿਮਾਚਲ ਪ੍ਰਦੇਸ਼ ਦੇ ਵਿੱਚ ਸੜਕਾਂ ਬਣਾਉਣ ਦੇ ਲਈ, ਕਿਉਂਕਿ ਪਹਾੜੀ ਖੇਤਰ ਦੇ ਵਿੱਚ ਸੜਕਾਂ ਬਣਾਉਣੀਆਂ ਕਿਹੜਾ ਸੌਖੀਆਂ, ਬਹੁਤ ਔਖਾ ਪੈਸਾ ਧੇਲਾ ਕਿੰਨਾ ਚਾਹੀਦਾ ਹੋਣਾ। ਇਹਦੇ ਨਾਲ ਨਾਲ ਜੰਮੂ ਕਸ਼ਮੀਰ ਦੇ ਵਿੱਚ ਵੀ ਮੀਂਹ ਦਾ ਪ੍ਰਕੋਪ ਘੱਟ ਨਹੀਂ ਹੈਗਾ ਜੀ। ਜੰਮੂ ਤੋਂ ਸ਼੍ਰੀਨਗਰ ਨੂੰ ਜਿਹੜਾ ਜੀਟੀ ਰੋਡ ਜਾਂਦਾ ਉਹ ਵੀ ਬੰਦ ਪਿਆ, ਇੱਕ ਦੋ ਜਗ੍ਹਾ ਦੇ ਉੱਤੇ ਬੱਦਲ ਫਟੇ ਆ, 5-7 ਲੋਕ ਜਿਹੜੇ ਅਜੇ ਤੱਕ ਲਾਪਤਾ ਨੇ, ਪਤਾ ਨਹੀਂ ਲੱਗਦਾ ਕਿ ਪ੍ਰਾਣ ਪਖੇਰੂ ਉੜ ਗਏ ਜਾਂ ਅਜੇ ਤੱਕ ਉਹਨਾਂ ਦੇ ਵਿੱਚ ਜਾਨ ਕੋਈ ਮਾੜੀ ਮੋਟੀ ਹੈਗੀ ਹੈ। ਇਹਦੇ ਨਾਲ ਨਾਲ ਜੇ ਆਪਾਂ ਥੋੜ੍ਹੀ ਜਿਹੀ ਗੱਲ ਉੱਤਰਾਖੰਡ ਦੀ ਕਰ ਲਈਏ, ਉੱਥੇ ਵੀ ਊਧਮ ਸਿੰਘ ਨਗਰ, ਰਿਸ਼ੀਕੇਸ਼, ਰੁਦਰਪ੍ਰਯਾਗ, ਪੰਚਾਵਤ, ਇਹਨਾਂ ਸਾਰੇ ਥਾਵਾਂ ਦੇ ਉੱਤੇ ਬਹੁਤ ਵੱਡੀ ਪੱਧਰ ਦੇ ਉੱਤੇ ਮੀਂਹ ਪੈ ਰਿਹਾ, ਹੜ੍ਹ ਆਏ ਨੇ, ਹਾਲਾਤ ਜਿਹੜੇ ਖਰਾਬ ਨੇ। ਹੁਣ ਮੈਂ ਹਿਮਾਚਲ ਪ੍ਰਦੇਸ਼ ਦੀ ਗੱਲ ਦੱਸਦਾ, ਹਰਕਮਲ ਸਿੰਘ ਜੀ, ਹਾਲਾਤ ਇੱਦਾਂ ਦੇ ਹੋਏ ਆ ਕਿ ਜੇ ਸੱਚੀ ਮੁੱਚੀ 2 ਦਿਨ ਹੋਰ ਮੀਂਹ ਪੈ ਗਿਆ ਇਸੇ ਤਰੀਕੇ ਪੰਜਾਬ 'ਚ ਵੀ ਹੜ੍ਹ ਆ ਸਕਦੇ, ਹਾਲਾਂਕਿ ਬਹੁਤੇ ਪੰਜਾਬ 'ਚ ਪਿਛਲੇ 2 ਦਿਨਾਂ ਤੋਂ ਮੀਂਹ ਨਹੀਂ ਪਿਆ ਜੀ, ਕੁਝ ਹਿੱਸਿਆਂ 'ਚ ਪਿਆ, ਪਰ ਜਦੋਂ ਜਦੋਂ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਜ਼ਿਆਦਾ ਪੈਂਦਾ ਤਾਂ ਫਿਰ ਦਰਿਆਵਾਂ ਦੇ ਵਿੱਚ ਪਾਣੀ ਆਉਣਾ ਹੁੰਦਾ। ਹੁਣ ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਜਿਹੜੇ ਪੰਜਾਬ ਦੇ ਲੋਕ ਰਹਿੰਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਅਲਰਟ ਕਰ ਦਿੱਤਾ ਗਿਆ ਕਿ ਭਾਈ ਹੁਣ ਤੁਸੀਂ ਥੋੜ੍ਹਾ ਜਿਹਾ ਹਿਸਾਬ ਕਿਤਾਬ ਨਾ ਰਿਹੋ, ਪਤਾ ਨਹੀਂ ਕਿਹੜੇ ਵੇਲੇ ਪਾਣੀ ਦਾ ਪੱਧਰ ਕਿੰਨਾ ਉੱਚਾ ਹੋ ਜਾਵੇ ਤੇ ਤੁਹਾਨੂੰ ਨੁਕਸਾਨ ਜਿਹੜਾ ਹੋ ਸਕਦਾ। ਸੋ ਵੇਖਦੇ ਹਾਂ ਕਿ ਜੰਮੂ ਕਸ਼ਮੀਰ, ਕੇਰਲ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਤੋਂ ਬਾਅਦ ਹੜ੍ਹਾਂ ਦੇ ਕਰਕੇ ਪੰਜਾਬ ਦਾ ਵੀ ਨੁਕਸਾਨ ਹੁੰਦਾ ਜਾਂ ਬਚਾ ਰਹੇਗਾ ਜੀ। ਇੱਕ ਹੋਰ ਹਰਿਆਣੇ ਤੋਂ ਇੱਕ ਅਹਿਮ ਖਬਰ ਹੈ ਬੜ ਸਾਹਿਬ, ਉੱਥੇ ਜਾਟ ਭਾਈਚਾਰਾ ਕਹਿੰਦੇ ਉਹਨਾਂ ਨੇ ਅੰਦੋਲਨ ਦਾ ਐਲਾਨ ਕੀਤਾ। ਮੈਨੂੰ ਲੱਗਦਾ ਵੀ ਜਾਟਾਂ ਨੇ ਜਿਹੜਾ ਪਹਿਲਾਂ ਵੀ ਇੱਕ ਅੰਦੋਲਨ ਕੀਤਾ ਸੀ, ਸ਼ਾਇਦ ਰਾਖਵਾਂ ਕਰਨ ਨੂੰ ਲੈ ਕੇ ਉਹਨਾਂ ਨੇ ਕੀਤਾ ਸੀ ਕਾਫੀ, ਉਦੋਂ ਸਰਕਾਰੀ ਗੈਰ ਸਰਕਾਰੀ ਪ੍ਰੋਪਰਟੀਆਂ ਦਾ ਨੁਕਸਾਨ ਵੀ ਹੋਇਆ ਸੀ। ਹੁਣ ਜਾਟ ਭਾਈਚਾਰਾ ਜਿਹੜਾ ਕਾਹਦੀ ਮੰਗ ਕਰ ਰਿਹਾ? ਹਰਕਮਲ ਸਿੰਘ ਜੀ, ਅਸਲ ਵਿੱਚ ਇਹਨਾਂ ਦੀ ਪਿਛਲੀ ਮੰਗ ਹੀ ਪੂਰੀ ਨਹੀਂ ਸੀ ਹੋਈ ਜੀ। ਪਿਛਲਾ ਅੰਦੋਲਨ ਇਹਨਾਂ ਨੂੰ ਵੱਧ ਵਿਚਾਲੇ ਵਾਪਸ ਲੈਣਾ ਪੈ ਗਿਆ ਸੀ, ਇੱਕ ਤਾਂ ਉਹ ਹਿੰਸਕ ਹੋ ਗਿਆ ਸੀ, ਕੁਝ ਸਰਕਾਰਾਂ ਨੇ ਲਾਰੇ ਲੱਪੇ ਲਾਤੇ ਕਿ ਕਾਹਨੂੰ ਛੱਡੋ, ਪਰ ਜਦ ਅਸੀਂ ਤੁਹਾਨੂੰ ਰਿਜ਼ਰਵੇਸ਼ਨ ਦੇਣ ਨੂੰ ਤਿਆਰ ਹਾਂ ਤਾਂ ਫਿਰ ਤੁਸੀਂ ਅੰਦੋਲਨ ਕਾਹਨੂੰ ਕਰਦੇ ਹੋ ਜੀ? ਆਪਾਂ ਬੈਠਦੇ ਹਾਂ, ਟੇਬਲ ਟਾਕ ਕਰਦੇ ਹਾਂ, ਤੁਹਾਡਾ ਮਸਲਾ ਨਿਬੇੜ ਦਿੰਦੇ ਹਾਂ। ਚਲੋ ਉਹਦੇ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ, ਜਾਟਾਂ ਦੇ ਉੱਤੇ ਪਰਚੇ ਵੀ ਦਰਜ ਹੋ ਗਏ ਹਿੰਸਕ ਗਤੀਵਿਧੀਆਂ ਦੇ ਕਰਕੇ, ਬਹੁਤ ਸਾਰੇ ਨੂੰ ਅੰਦਰ ਵੀ ਦੇ ਦਿੱਤਾ ਤੇ ਸਰਕਾਰਾਂ ਨੇ ਰਿਜ਼ਰਵੇਸ਼ਨ ਵੀ ਦਿੱਤਾ, ਹੀ ਨਹੀਂ ਜਾ ਸਕਦਾ ਜਿੰਨਾ ਉਹ ਮੰਗਦੇ ਆ ਜੀ, ਕਿਉਂਕਿ ਕਾਨੂੰਨ ਦੀਆਂ ਕੁਝ ਸੀਮਾਵਾਂ ਨੇ ਨਾ। ਬਿਲਕੁਲ। ਹੁਣ ਜਾਟਾਂ ਨੇ ਜੱਸੀਆ ਦੇ ਵਿੱਚ ਇੱਕ ਵਾਰੀ ਫਿਰ ਮੀਟਿੰਗ ਕੀਤੀ ਤੇ ਮੀਟਿੰਗ ਕਰਕੇ ਐਲਾਨ ਕਰ ਦਿੱਤਾ ਕਿ 5 ਰਿਜ਼ਰਵੇਸ਼ਨ ਦੇ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਉਹ ਕਹਿੰਦੇ ਕਿ ਅਸੀਂ ਅੰਦੋਲਨ ਸ਼ੁਰੂ ਕਰਨ ਜਾ ਰਹੇ ਹਾਂ 16 ਤਰੀਕ ਤੋਂ, 16 ਅਗਸਤ ਤੋਂ, ਜਾਣੀ ਕਿ ਪਰਸੋਂ ਤੋਂ। ਉਹ ਵੱਖਰੀ ਗੱਲ ਹੈ ਕਿ ਜਾਟਾਂ ਨੇ ਕਹਿਤਾ ਕਿ ਐਤਕੀ ਅੰਦੋਲਨ ਦਾ ਰੂਪ ਬਦਲਿਆ ਹੋਏਗਾ, ਅਸੀਂ ਪਹਿਲਾਂ 9 ਜ਼ਿਲ੍ਹਿਆਂ 'ਚ ਅੰਦੋਲਨ ਕਰਾਂਗੇ ਪਰ ਉਹ ਸਿਰਫ ਪਿੰਡਾਂ 'ਚ ਹੋਏਗਾ ਜੀ, ਅਸੀਂ ਸ਼ਹਿਰਾਂ 'ਚ ਨਹੀਂ ਜਾਣਾ, ਅਸੀਂ ਜੀਟੀ ਰੋਡ 'ਤੇ ਨਹੀਂ ਜਾਣਾ, ਅਸੀਂ ਰੇਲ ਦੇ ਜਿਹੜੇ ਪਟੜੀ ਹੈ ਉੱਥੇ ਨਹੀਂ ਜਾਣਾ, ਅਸੀਂ ਵਾਧਾ ਨਹੀਂ ਪੈਣ ਦੇਣੀ, ਅਸੀਂ ਤੰਗ ਨਹੀਂ ਕਿਸੇ ਨੂੰ ਕਰਨਾ, ਪਰ ਅਸੀਂ ਰਿਜ਼ਰਵੇਸ਼ਨ ਦੇ ਲਈ ਅੰਦੋਲਨ ਸ਼ੁਰੂ ਕਰਨਾ। ਕਿਹੜੇ 9 ਜ਼ਿਲ੍ਹੇ ਨੇ? ਰੋਹਤਕ, ਝੱਜਰ, ਸੋਨੀਪਤ, ਚਰਖੀ ਦਾਦਰੀ, ਭਿਵਾਨੀ, ਹਿਸਾਰ, ਕੈਥਲ, ਜੀਂਦ ਤੇ ਪਾਣੀਪਤ। ਇਹਨਾਂ 9 ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਪਹਿਲੇ ਪੜਾਅ ਦਾ ਅੰਦੋਲਨ ਹੋਏਗਾ, ਜੇ ਤਾਂ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਸਮਝਿਆ, ਉਹਨਾਂ ਨੂੰ ਪ੍ਰਵਾਨ ਕੀਤਾ ਤੇ ਅਸੀਂ ਅੰਦੋਲਨ ਖਤਮ ਕਰਕੇ ਘਰੇ ਚਲੇ ਜਾਵਾਂਗੇ, ਤੇ ਜੇ ਕਹਿੰਦੇ ਉਹਨਾਂ ਨੇ ਸਾਡੀਆਂ ਮੰਗਾਂ ਦੇ ਵੱਲ ਧਿਆਨ ਨਾ ਦਿੱਤਾ ਤੇ ਫਿਰ ਸਾਨੂੰ ਅੰਦੋਲਨ ਦੂਸਰੇ ਰੁੱਖ ਲਿਆਉਣਾ ਪਊਗਾ, ਜਿਵੇਂ ਅਸੀਂ ਪਿਛਲੀ ਵਾਰ ਕੀਤਾ ਸੀ, ਸੜਕਾਂ ਤੇ ਟ੍ਰੇਨਾਂ ਦੇ ਪਟੜੀਆਂ ਦੇ ਉੱਤੇ ਆ ਕੇ ਬੈਠਣ ਦੇ ਲਈ ਸਾਨੂੰ ਮਜਬੂਰ ਹੋਣਾ ਪਏਗਾ ਜੀ। ਹਰਕਮਲ ਸਿੰਘ ਜੀ, ਐਤਕੀ ਵਾਤਾਵਰਨ ਥੋੜਾ ਜਿਹਾ ਅਜੀਬ ਬਣ ਸਕਦਾ, ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਐਨ ਸਿਰ ਤੇ ਨੇ, ਪ੍ਰਚਾਰ ਸਿਖਰਾਂ ਤੇ ਹੈ ਜੀ, ਤੇ ਉਸ ਮੌਕੇ ਤੇ ਜਦੋਂ ਜਾਟ ਆਪਣਾ ਅੰਦੋਲਨ ਕਰਨ ਲੱਗੇ ਆ ਤੇ ਸਾਡੇ ਸਿਆਸਤਦਾਨਾਂ ਨੂੰ ਵੈਸੇ ਹੀ ਆਦਤ ਹੁੰਦੀ ਹੈ ਕਿ ਜੇ ਕਿਤੇ ਕੱਖਾਂ ਦੇ ਵਿੱਚੋਂ ਮਾੜਾ ਮੋਟਾ ਧੂੰਆਂ ਨਿਕਲਦਾ ਤਾਂ ਪੱਖੀ ਲੈ ਕੇ ਅੱਗ ਮਘਾਉਣ ਲੱਗ ਪੈਂਦੇ ਆ ਜੀ। ਹੁਣ ਤਾਂ ਸੁਖਨਾ ਵਿਧਾਨ ਸਭਾ ਦੀਆਂ ਚੋਣਾਂ ਤੇ ਇਸ ਵੇਲੇ ਤਾਂ ਵੋਟਾਂ ਤੋਂ ਇਲਾਵਾ ਸਾਡੇ ਸਿਆਸਤਦਾਨਾਂ ਨੂੰ ਨਜ਼ਰ ਹੀ ਕੁਝ ਨਹੀਂ ਆਉਂਦਾ ਹੋਣਾ, ਇਸ ਕਰਕੇ ਹੋ ਸਕਦਾ ਕਿ ਐਤਕੀ ਇਹ ਅੰਦੋਲਨ ਸਿਆਸੀ ਆਧਾਰ ਦੇ ਉੱਤੇ ਬਿਲਕੁਲ ਸਿਖਰ ਦੇ ਉੱਤੇ ਵੀ ਪੁੱਜਿਆ। ਦੂਸਰੀ ਗੱਲ ਦੇਖੋ, ਸਾਨੂੰ ਪਿਛਲੀ ਵਾਰ ਦਾ ਚੇਤਾ ਨਹੀਂ ਭੁੱਲਣਾ ਚਾਹੀਦਾ, ਹਾਲਾਂਕਿ ਇਹ ਅੰਦੋਲਨ ਨੇ ਜੇ ਸ਼ਾਂਤਮਈ ਰਹਿਣਾ, ਪਿਛਲੀ ਵਾਰ 1 ਅਰਬ ਰੁਪਏ ਦਾ ਨੁਕਸਾਨ ਹੋਇਆ, ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋਇਆ ਸੀ, ਕਿਉਂਕਿ ਅਸੀਂ ਹਰਿਆਣੇ 'ਚ ਜੀਟੀ ਰੋਡ ਦੇ ਆਸ ਪਾਸ ਢਾਬੇ ਵੀ ਖੋਲ੍ਹ ਲਏ, ਰੈਸਟੋਰੈਂਟ ਵੀ ਖੋਲ੍ਹ ਲਏ, ਹੋਟਲ ਵੀ ਵੱਡੇ ਵੱਡੇ ਖੋਲ੍ਹ ਲਏ, ਟੈਕਸੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਚੱਲਦੀਆਂ, ਸੜਕਾਂ ਦਾ ਪ੍ਰਯੋਗ ਕਰਦੀਆਂ,
ਬਹੁਤੇ ਪ੍ਰਵਾਸੀ ਜਿਹੜੇ ਆ ਉਹ ਦਿੱਲੀ ਵਾਲੇ ਹਵਾਈ ਅੱਡੇ ਤੋਂ ਉੱਤਰ ਕੇ ਫਿਰ ਜਦੋਂ ਪੰਜਾਬ ਨੂੰ ਆਉਂਦੇ ਆ ਤੇ ਹਰਿਆਣੇ ਦੀਆਂ ਸੜਕਾਂ ਦਾ ਪ੍ਰਯੋਗ ਕਰਦੇ ਆ। ਮੁਰਥਲ ਕਥਿਤ ਗੈਂਗਰੇਪ ਕਾਂਡ ਦਾ ਕਿਹਨੂੰ ਚੇਤਾ ਭੁੱਲ ਗਿਆ ਹੋਣਾ ਜੀ। ਉਹ ਸਾਰੀਆਂ ਗੱਲਾਂ ਅਜੇ ਤੱਕ ਸਾਨੂੰ ਜਿਵੇਂ ਕੋਈ ਬੰਦਾ ਅੱਧੀਆਂ ਬਾਹਾਂ ਦੀ ਕਮੀਜ਼ ਪਾ ਕੇ ਕਮਾਦ ਦੇ ਵਿੱਚ ਦੀ ਗੰਨੇ ਦੇ ਖੇਤ ਦੇ ਵਿੱਚ ਦੀ ਨਿਕਲੇ ਉਹਦੇ ਪੱਛ ਲੱਗ ਜਾਂਦੇ ਆ। ਬਿਲਕੁਲ। ਉਹ ਨਾ ਕੋਈ ਬਹੁਤੀ ਵੱਡੀ ਸੱਤ ਹੁੰਦੀ ਹੈ, ਕਿਸੇ ਨੂੰ ਦੱਸਣ ਵਾਲਾ ਬੰਦਾ ਵੀ ਨਹੀਂ ਕਿ ਭਾਈ ਮੇਰੇ ਆਹ ਹੋ ਗਿਆ, ਪਰ ਚੀਸ ਬੜੀ ਪੈਂਦੀ ਆ ਉਹਦੀ। ਇਹ ਜਿਹੜੇ ਪਿਛਲੇ ਯਾਤਰਾ ਅਖਵਾਕਰਨ ਅੰਦੋਲਨ ਦੇ ਸਾਡੇ ਪੱਛ ਲੱਗੇ ਹੋਏ ਆ ਨਾ, ਉਹਨਾਂ ਦੀ ਚੀਸ ਅਜੇ ਤੱਕ ਜਾਰੀ ਹੈ ਜੀ। ਦੇਖੋ ਕੀ ਗਰੰਟੀ ਹੈ ਕਿ ਅੰਦੋਲਨ ਸ਼ਾਂਤਮਈ ਰਹੂਗਾ? ਪਿਛਲੀ ਵਾਰੀ ਵੀ ਤਾਂ ਜਦੋਂ ਏਡੀ ਵੱਡੀ ਪੱਧਰ ਤੇ ਮੌਤਾਂ ਹੋ ਗਈਆਂ, ਸਾੜ ਫੂਕ ਹੋ ਗਈ, ਗੈਂਗਰੇਪ ਹੋ ਗਿਆ, ਉਹਦੇ ਤੋਂ ਬਾਅਦ ਜੱਟਾਂ ਦੇ ਲੀਡਰਾਂ ਨੇ ਕਹਿ ਦਿੱਤਾ ਸੀ ਜੀ ਅਸੀਂ ਕੁਝ ਨਹੀਂ ਕੀਤਾ, ਇਹ ਤਾਂ ਸਾਡੇ ਵਿਚਾਲੇ ਨਾ ਆ ਕੇ ਕੁਝ ਇੱਕ ਲੋਕ ਉਹ ਵੜ ਗਿਆ ਸੀ ਜਿਹੜੇ ਹਿੰਸਾ ਕਰਨੀ ਚਾਹੁੰਦੇ ਸੀ, ਉਹਨਾਂ ਕੀਤਾ ਜੀ। ਜੇ ਐਤਕੀ ਵੀ ਕੁਝ ਹੋ ਗਿਆ ਤਾਂ ਜੱਟਾਂ ਦੇ ਲੀਡਰਾਂ ਨੇ ਤਾਂ ਬਾਅਦ ਚ ਇੰਨੀ ਕੀ ਗੱਲ ਹੀ ਕਹਿ ਦੇਣੀ ਆ ਘਰ ਨੂੰ ਚੱਲ ਜਾਣਾ। ਆਮ ਲੋਕਾਂ ਦਾ ਹੋਏਗਾ ਕੀ? ਦੇਖੋ ਜਿਹੜੇ ਸਾਡੇ ਪ੍ਰਵਾਸੀ ਹੈ ਨਾ, ਦਿਨਾਂ 'ਚ ਵੈਸੇ ਘੱਟ ਹੀ ਆਉਂਦੇ ਆ, ਪਰ ਜੇ ਕਿਸੇ ਨੇ ਆਉਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਪਹਿਲਾਂ ਸਥਿਤੀ ਦਾ ਪਤਾ ਜ਼ਰੂਰ ਕਰ ਲਓ। ਮੈਨੂੰ ਬਹੁਤ ਘੱਟ ਉਮੀਦ ਹੈ ਕਿ ਕੋਈ ਮਾੜੀ ਘਟਨਾ ਐਤਕੀ ਵਾਪਰੇਗੀ, ਪਰ ਫਿਰ ਵੀ ਸਾਵਧਾਨੀ ਤੋਂ ਵੱਡੀ ਚੀਜ਼ ਦੁਨੀਆਂ ਦੇ ਉੱਤੇ ਕੋਈ ਨਹੀਂ ਹੁੰਦੀ, ਸਾਨੂੰ ਸਾਵਧਾਨੀ ਵਰਤ ਲੈਣੀ ਚਾਹੀਦੀ ਹੈ। ਦੂਸਰੀ ਗੱਲ ਇਹ, ਐਤਕੀ ਜੇ ਸਿਆਸੀ ਪਾਰਟੀਆਂ ਚੰਗਾ ਕਰਨ, ਇਸ ਜਾਟ ਮਾਰ ਆਤਮਾ ਕਰਨ ਅੰਦੋਲਨ ਨੂੰ ਸਿਆਸੀ ਪੁੱਠ ਨਾ ਦੇਣ, ਵੋਟਾਂ ਭਾਵੇਂ ਹੈਗੀਆਂ ਪਰ ਉਹਨਾਂ ਵੋਟਾਂ ਤੋਂ ਪਹਿਲਾਂ ਜੇ ਕੋਈ ਬਹੁਤ ਵੱਡੀ ਘਟਨਾ ਵਾਪਰ ਗਈ ਤਾਂ ਫਿਰ ਆਪਣੇ ਆਪ ਦੇ ਵਿੱਚ ਹਰਿਆਣਾ ਵਿਕਾਸ ਦੇ ਪੱਖੋਂ 2-4 ਸਾਲ ਪਿੱਛੇ ਨੂੰ ਚਲੇ ਜਾਣਾ। ਤੇ ਨਾਲ ਦੀ ਨਾਲ ਜੱਟਾਂ ਨੇ ਵੀ ਕਹਿ ਦਿੱਤਾ, ਉਹ ਕਹਿੰਦੇ ਜੀ ਦੇਖੋ 17 ਤਰੀਕ ਤੋਂ ਯਾਨੀ ਕਿ 2 ਦਿਨ ਬਾਅਦ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ, ਉਹ ਕਹਿੰਦੇ ਅਸੀਂ ਸਾਰੀਆਂ ਪਾਰਟੀਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਵਿਧਾਨ ਸਭਾ ਦੇ ਅੰਦਰ ਔਨ ਰਿਕਾਰਡ ਇੱਕ ਤਰੀਕ ਦਿਓ, 1 ਤਰੀਕ ਨੂੰ ਤੁਹਾਨੂੰ ਰੈਜ਼ਰਵੇਸ਼ਨ ਦੇ ਦਿਆਂਗੇ। ਜਿਹੜੀ ਪਾਰਟੀ ਨੇ ਤਾਂ ਕਹਿੰਦੇ 7 ਤਰੀਕ ਦੇ ਹੱਕ ਦੇ ਵਿੱਚ ਵੋਟਾਂ ਪਾਤੀਆਂ, ਠੀਕ ਹੈ, ਤੇ ਜਿਹੜੀ ਪਾਰਟੀ ਇੱਧਰ ਮੂੰਹ ਝੂਕਣੀਆਂ ਪਾ ਕੇ ਬੈਠੀ ਰਹੀ, ਅਸੀਂ ਸਿੱਧੇ ਤੌਰ ਦੇ ਉੱਤੇ ਸਮਝਾਂਗੇ ਕਿ ਉਹ ਪਾਰਟੀ ਜੱਟਾਂ ਨੂੰ ਰਾਖਵਾਂ ਕਰਨ ਦੇਣ ਦੇ ਖਿਲਾਫ ਹੈ। ਸੋ ਵੇਖਦੇ ਹਾਂ ਕਿ 17 ਤਰੀਕ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਝਗੜੇ ਕਿੰਨੇ ਹੁੰਦੇ ਆ ਤੇ ਜੱਟਾਂ ਦੀਆਂ ਮੰਗਾਂ ਸੰਬੰਧੀ ਐਲਾਨ ਕੀ ਕੀਤੇ ਜਾਂਦੇ ਆ ਜੀ। ਇੱਕ ਵਟਸਐਪ ਅਗਲੀ ਖਬਰ ਹੈ ਜਿਹੜੀ, ਉਹ ਭਾਰਤ ਦੇ ਸਰਕਾਰੀ ਹਸਪਤਾਲਾਂ ਦੀ ਖਸਤਾ ਹਾਲਤ ਨੂੰ ਬਿਆਨ ਕਰਦੀ ਹੈ, ਕੀ ਰਿਪੋਰਟ ਹੈ? ਹਰਕਮਲ ਸਿੰਘ ਜੀ, ਦੇਖੋ ਪੰਜਾਬ ਦੀ ਚਰਚਾ ਆਪਾਂ ਕਈ ਵਾਰ ਕੀਤੀ ਕਿ ਡਾਕਟਰ ਵੀ ਘੱਟ, ਦਵਾਈਆਂ ਵੀ ਘੱਟ, ਸਕੈਨਿੰਗ ਮਸ਼ੀਨਾਂ ਵੀ ਘੱਟ, ਸਕੈਨਿੰਗ ਮਸ਼ੀਨਾਂ ਦੇ ਆਪਰੇਟਰ ਵੀ ਘੱਟ ਜੀ। ਲੋਕ ਜਾਂਦੇ ਆ ਵਿਚਾਰੇ, ਕਈ ਵਾਰੀ ਖੱਜਲ ਖਰਾਬ ਹੋ ਕੇ ਆ ਜਾਂਦੇ ਆ, ਸਫਾਈ ਦਾ ਵੀ ਹਾਲ ਬੁਰਾ ਹੀ ਹੁੰਦਾ, ਪਰ ਜਦੋਂ ਪੰਜਾਬ ਤੋਂ ਬਾਹਰਲੇ ਪਾਸੇ ਨੂੰ ਝਾਤੀ ਮਾਰ ਕੇ ਵੇਖਿਆ ਤੇ ਪਤਾ ਲੱਗਾ ਕਿ ਭਾਈ ਇਕੱਲਾ ਪੰਜਾਬ ਦਾ ਨਹੀਂ ਸਾਰੇ ਭਾਰਤ ਦਾ ਹੀ ਹਾਲ ਆ ਜੀ। ਸਾਡੇ ਮੈਂਬਰ ਪਾਰਲੀਮੈਂਟ, ਸਾਡੇ MLA ਸ਼ਾਇਦ ਇਧਰਲੇ ਪਾਸੇ ਧਿਆਨ ਇਸ ਕਰਕੇ ਨਹੀਂ ਕਰਦੇ ਕਿਉਂਕਿ ਉਹਨਾਂ ਤਾਂ ਖੁੱਲੀਆਂ ਛੁੱਟੀਆਂ ਕਿ ਤੁਸੀਂ ਸਰਕਾਰੀ ਖਜ਼ਾਨੇ ਦੇ ਵਿੱਚੋਂ ਟਿਕਟ ਲਓ, ਸਰਕਾਰੀ ਖਜ਼ਾਨੇ ਚੋਂ ਪੈਸੇ ਲੈ ਕੇ ਵਿਦੇਸ਼ਾਂ ਦੇ ਵਿੱਚੋਂ ਇਲਾਜ ਕਰਾ ਕੇ ਲਿਆਓ, ਭਾਵੇਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਲੋੜ ਹੈ, ਤੁਸੀਂ ਉਹਦਾ ਵੀ ਸਰਕਾਰੀ ਖਜ਼ਾਨੇ ਚੋਂ ਇਲਾਜ ਕਰਾ ਸਕਦੇ ਹੋ ਜੀ। ਬਹੁਤ ਸਾਰੇ ਵੱਡੇ ਛੋਟੇ ਲੀਡਰ ਜਾਂਦੇ ਆ ਵਿਦੇਸ਼ਾਂ ਦੇ ਵਿੱਚੋਂ ਇਲਾਜ ਕਰਾਉਂਦੇ, ਇਦਾਂ ਦੀ ਗੱਲ ਕੋਈ ਨਹੀਂ, ਪਰ ਭਾਰਤ ਦੇ ਲੋਕਾਂ ਦਾ ਕੀ ਬਣੇ? ਮੈਂ ਥੋੜੀਆਂ ਜਿਹੀਆਂ ਉਦਾਹਰਨਾਂ ਸਾਂਝੀਆਂ ਕਰਦਾ ਜਿਹਦੇ ਤੋਂ ਸਾਫ਼ ਤੌਰ ਤੇ ਪਤਾ ਲੱਗਦਾ ਕਿ ਭਾਰਤ ਭਰ ਦੇ ਵਿੱਚ ਹੀ ਸਿਹਤ ਢਾਂਚੇ ਦਾ ਬਹੁਤ ਬੁਰਾ ਹਾਲ ਹੈ। ਡਾਕਟਰ ਪੂਰੀ ਗਿਣਤੀ ਚ ਹੈ ਹੀ ਨਹੀਂ, ਉਹ ਬਹੁਤੇ ਕੰਮ ਜਿਹੜੇ ਡਾਕਟਰਾਂ ਨੇ ਕਰਨੇ ਹੁੰਦੇ ਆ ਕਲਾਸ 4 ਕਰਮਚਾਰੀ ਕਰੀ ਜਾਂਦੇ ਜੀ। ਦੇਖੋ ਆਪਾਂ ਕਲਾਸ 4 ਕਰਮਚਾਰੀਆਂ ਨੂੰ ਗਲਤ ਨਹੀਂ ਕਹਿੰਦੇ, ਪਿਛਲੇ ਦਿਨ ਵੀ ਆਪਾਂ ਕਿਹਾ ਸੀ ਕਿ ਕਿਰਤੀ ਬੰਦੇ ਹੁੰਦੇ ਆ ਜੀ, ਪਰ ਯੋਗਤਾ ਵੀ ਤਾਂ ਕੋਈ ਚੀਜ਼ ਹੁੰਦੀ ਨਾ, ਡਾਕਟਰੀ ਪੇਸ਼ੇ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੁੰਦਾ। ਬਿਲਕੁਲ। ਹੁਣ ਯੂਪੀ ਦਾ 12 ਬੰਕੀ ਜ਼ਿਲ੍ਹਾ, ਉੱਥੇ ਸਰਾਏ ਗੋਪੀ ਦੇ ਵਿੱਚ ਸਰਕਾਰੀ ਹਸਪਤਾਲ ਹੈ, ਇੱਕੋ ਹੀ ਬੰਦਾ ਚਲਾ ਰਿਹਾ, ਉਹੀ ਡਾਕਟਰ, ਉਹੀ ਵਾਰਡ ਬੁਆਏ, ਉਹੀ ਸਭ ਕੁਛ, ਉਹੀ ਬੰਦਾ, ਕਿਉਂਕਿ ਪਿੰਡ ਵਾਲੇ ਕਹਿੰਦੇ ਡਾਕਟਰ ਦੇ ਇੱਥੇ ਅਜੇ ਤੱਕ ਆਏ ਨਹੀਂ ਜੀ, ਜਿੰਦਾ ਹਸਪਤਾਲ ਬਣਿਆ ਇਹੀ ਬੰਦਾ ਦਰਜਾ 4 ਕਰਮਚਾਰੀ ਸਾਨੂੰ ਦਵਾਈ ਦੇ ਦਿੰਦਾ, ਅਸੀਂ ਠੀਕ ਹੋ ਜਾਈਦਾ, ਬਸ ਇੰਨਾ ਕੁ ਮਸਲਾ ਕਹਿੰਦੇ ਜੀ। ਲਖਨਊ ਦਾ ਲੋਹੀਆ ਹਸਪਤਾਲ ਬੜਾ ਮਸ਼ਹੂਰ ਹੈ, ਮਰੀਜ਼ਾਂ ਨੂੰ ਡ੍ਰਿਪ ਲਾਉਣਾ, ਮਰੀਜ਼ਾਂ ਦਾ BP ਚੈੱਕ ਕਰਨਾ, ਇੰਜੈਕਸ਼ਨ ਲਾਉਣਾ, ਸਾਰਾ ਕੁਝ ਦਰਜਾ 4 ਕਰਮਚਾਰੀ ਕੰਮ ਕਰਦਾ, ਜਿਹਦਾ ਕੰਮ ਸਫਾਈ ਕਰਨ ਦਾ, ਟੀਕੇ ਲਾਉਣ ਦਾ, BP ਚੈੱਕ ਕਰਨ ਦਾ ਨਹੀਂ ਜੀ, ਪਰ ਉੱਥੇ ਕੋਈ ਹੈ ਹੀ ਨਹੀਂ, ਉੱਥੇ ਦਵਾਈਆਂ ਦੇਣ ਦਾ ਜਾਂ ECG ਚੈੱਕ ਕਰਨ ਵਾਲਾ ਕੰਮ ਵੀ ਇਹੀ ਲੋਕ ਕਰੀ ਜਾਂਦੇ ਆ, ਕਿਉਂਕਿ ਸਿੱਧੇ ਤੌਰ ਦੇ ਉੱਤੇ ਜਦ ਬੰਦੇ ਹੀ ਨਹੀਂ ਆਪਾਂ ਭਰਤੀ ਕਰਨੇ ਤਾਂ ਡਾਕਟਰ ਨੇ ਕਿਸੇ ਨਾ ਕਿਸੇ ਤੋਂ ਤਾਂ ਕੰਮ ਕਰਾਉਣਾ ਨਾ, ਸਾਰੇ ਕੰਮ ਡਾਕਟਰ ਆਪ ਵੀ ਨਹੀਂ ਕਰ ਸਕਦਾ। ਬਿਲਕੁਲ। ਹੁਣ ਦੇਖੋ ਗ੍ਰੇਟਰ ਨੋਇਡਾ ਦਾ ਬਸੰਤਪੁਰ ਦੇ ਵਿੱਚ ਮੁੱਢਲਾ ਸਿਹਤ ਕੇਂਦਰ ਹੈ, ਡਾਕਟਰਾਂ ਦੀ ਗੈਰ ਹਾਜ਼ਰੀ ਹੈ, ਰੋਗੀਆਂ ਦਾ ਇਲਾਜ ਵਾਰਡ ਬੁਆਏ ਜਾਂ ਫਾਰਮਾਸਿਸਟ ਹੀ ਕਰੀ ਜਾਂਦੇ ਆ, ਡਾਕਟਰ ਦਾ ਪਤਾ ਨਹੀਂ ਉਹਨੇ ਕਦੋਂ ਆਉਣਾ। ਲਖਨਊ ਦੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦਾ ਟਰੋਮਾ ਸੈਂਟਰ ਇੰਨਾ ਜ਼ਿਆਦਾ ਉੱਥੇ ਅਣਗਹਿਲੀ ਵਾਲਾ ਵਤੀਰਾ ਕਿ ਜਿਹੜਾ ਵਾਰਡ ਬੁਆਏ ਆ ਨਾ, ਉਸ ਵਾਰਡ ਬੁਆਏ ਨੇ ਇੱਕੋ ਹੀ ਆਕਸੀਜਨ ਸਿਲੰਡਰ ਤੋਂ ਸਾਰੇ ਬੱਚੇ ਜਿਹੜੇ ਉੱਥੇ ਦਾਖਲ ਸੀ ਉਹਨਾਂ ਦੀ ਆਕਸੀਜਨ ਦੀ ਪਾਈਪ ਜੋੜ ਦਿੱਤੀ, ਇੱਕ ਬੱਚੇ ਦੀ ਮੌਤ ਹੋ ਗਈ, ਬਾਕੀ ਐਨ ਮੌਤ ਦੇ ਮੂੰਹ ਦੇ ਵਿੱਚੋਂ ਮੁੜੇ ਜੀ। ਇਸੇ ਤਰੀਕੇ ਹੁਣ ਜੇ ਆਪਾਂ ਅੱਗੇ ਕਰੀਏ, ਬਲਰਾਮਪੁਰ ਦਾ ਇੱਕ ਹਸਪਤਾਲ ਹੈ, ਉੱਥੇ ਵਾਰਡ ਬੁਆਏ ਜਿਹੜਾ ਉਹਨੂੰ ਉਹਨੇ ਕਹਿ ਦਿੱਤਾ ਉਹਨਾਂ ਹਰੇ ਰੰਗ ਦਾ ਟੀਕਾ ਲਾ ਦੇ ਬਈ, ਡਾਕਟਰ ਨੇ ਬੈਠੇ ਜੀ, ਉਹਨੇ ਇੰਜੈਕਸ਼ਨ ਲਾਤਾ, 10 ਮਿੰਟਾਂ ਦੇ ਵਿੱਚ 10 ਰੋਗੀ ਜਿਹੜੇ ਨੇ ਉਹਨਾਂ ਨੂੰ ICU ਦੇ ਵਿੱਚ ਭਰਤੀ ਕਰਾਉਣਾ ਪਿਆ, ਟੀਕਾ ਉਹਨੇ ਗਲਤ ਲਾਤਾ, ਬਿਸਤਰਿਆਂ ਤੇ ਪਏ, ਤੜਫ
जी ਹੁਣ ਸ਼੍ਰੀਨਗਰ ਦਾ ਇੱਕ ਹਸਪੀਟਲ, ਉੱਥੇ ਦੀ ਵੀਡੀਓ ਸਾਹਮਣੇ ਆਈ, ਹੱਡੀਆਂ ਤੇ ਜੋੜਾਂ ਦਾ ਇੱਕੋ ਇੱਕ ਹਸਪਤਾਲ ਸ਼੍ਰੀਨਗਰ 'ਚ। ਸਵੀਪਰ ਰੋਗੀ ਦੀ ਲੱਤ ਤੇ ਪੱਟੀ ਕਰੀ ਜਾਂਦਾ, ਤੇ ਉਹ ਵੀ ਬੰਦਾ ਉਹ ਜਿਹੜਾ ਕਹਿੰਦਾ ਜੀ ਮੇਰੀ ਲੱਤ ਠੀਕ ਨਹੀਂ ਹੁੰਦੀ, 2 ਸਾਲਾਂ 'ਚ ਤੀਜੀ ਵਾਰੀ ਆਪਰੇਸ਼ਨ ਕਰਨਾ ਪਿਆ। ਠੀਕ ਕਿੱਥੋਂ? ਜੇ ਸਫਾਈ ਕਰਨ ਵਾਲਾ ਤੁਹਾਡੇ ਪੱਟੀਆਂ ਕਰੂ, ਡਾਕਟਰ ਜਾਂ ਤੁਸੀਂ ਭਰਤੀ ਨਹੀਂ ਕਰੋਗੇ, ਜੇ ਭਰਤੀ ਕੀਤਾ ਹੋਊਗਾ ਤੇ ਆਪਣੇ ਦਫ਼ਤਰ ਦੇ ਵਿੱਚ ਬੈਠਾ ਚਾਹ ਪੀ ਜਾਊ, ਕੰਮ ਚੱਲੂ ਕਿਵੇਂ? ਜੀ ਤੇ ਜਦੋਂ ਮਰੀਜ਼ ਨੂੰ ਪੁੱਛਿਆ, ਉਹ ਕਹਿੰਦਾ ਜੀ ਕਈ ਵਾਰੀ ਮੈਂ ਆਇਆ ਤੇ ਹਰ ਵਾਰੀ ਪੱਟੀ ਤਾਂ ਇਹ ਸਵੀਪਰ ਹੀ ਬਦਲਦਾ। ਹੁਣ ਇੱਕ ਹੋਰ ਵੀਡੀਓ ਸਾਹਮਣੇ, ਜਿਹ ਚੋਂ ਸਵੀਪਰ ਜਿਹੜਾ ਉਹ ਝਾੜੂ ਫੇਰੀ ਜਾਂਦਾ, ਉਹੀ ਪੱਟੀਆਂ ਕਰੀ ਜਾਂਦਾ। ਜੀ ਫਗਵਾੜੇ ਦੇ ਸਿਵਲ ਹਸਪਤਾਲ 'ਚ ਇੱਕ ਔਰਤ ਆਈ, ਉਹਦੇ ਪਲਸਤਰ ਲਾਇਆ ਸੀ, ਉਹ ਕੱਟਣਾ ਸੀ ਤੇ ਦਰਜਾ 4 ਕਰਮਚਾਰੀ ਜਿਹੜਾ ਆਪਰੇਸ਼ਨ ਥੀਏਟਰ ਦੇ ਵਿੱਚ ਉਹਦਾ ਪਲਸਤਰ ਕੱਟਦਾ, ਤੇ ਜਦੋਂ ਓਮ ਪ੍ਰਕਾਸ਼ ਯਾਦਵ ਨਾਂ ਦਾ ਇਹ ਦਰਜਾ 4 ਕਰਮਚਾਰੀ ਉਹਦਾ ਪਲਸਤਰ ਲਾਉਂਦਾ ਸੀ, ਔਰਤ ਦੀ ਲੱਤ ਦੇ ਉੱਤੇ ਕਈ ਜਗ੍ਹਾ ਤੇ ਕੱਟ ਲੱਗ ਗਿਆ, ਕਿਉਂਕਿ ਉਹਨੂੰ ਕੀ ਪਤਾ ਕਿ ਪਲਸਤਰ ਕਿਵੇਂ ਕੱਟਣਾ। ਜੀ ਪਰ ਉੱਥੇ ਵੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਾ ਤਾਂ ਉੱਥੇ ਸਟਾਫ ਪੂਰਾ, ਨਾ ਬਾਕੀ ਚੀਜ਼ਾਂ ਪੂਰੀਆਂ, ਨਾ ਕੋਈ ਇਨਸਪੈਕਸ਼ਨ ਕਰਨ ਵਾਲਾ। ਤੇ ਜਦੋਂ ਤੱਕ ਭਾਰਤ ਦੇ ਵਿੱਚ ਸਿਹਤ ਕੇਂਦਰਾਂ ਦੇ ਹਾਲਾਤ ਇਦਾਂ ਦੇ ਰਹਿਣਗੇ, ਹਰਕਮਲ ਸਿੰਘ ਜੀ ਆਪਾਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਭਾਈ ਸਾਰਾ ਕੁਝ ਜਿਹੜਾ ਉਹ ਦਰੁਸਤ ਹੋ ਜੂ ਤੇ ਢਾਂਚੇ ਦੀਆਂ ਕਮੀਆਂ ਦੂਰ ਹੋ ਜਾਣਗੀਆਂ? ਸਭ ਤੋਂ ਮਾੜੀ ਸਥਿਤੀ ਨਾਲ ਜੇ ਸਿਹਤ ਕੇਂਦਰਾਂ ਦੀ ਵੇਖਣੀ ਹੋਵੇ, ਉਹ ਯੋਗੀ ਆਦਿੱਤਿਆ ਨਾਥ ਦੇ ਯੂਪੀ 'ਚ ਹੈ, ਜਿੱਥੇ ਗੋਰਖਪੁਰ ਦੇ ਇੱਕ ਹਸਪਤਾਲ ਦੇ ਵਿੱਚ ਦਰਜਨਾ ਬੱਚੇ ਇਸ ਕਰਕੇ ਮਾਰੇ ਗਏ ਸੀ ਕਿ ਆਕਸੀਜਨ ਦੀ ਘਾਟ ਹੈ। ਉਹਦੇ ਤੋਂ ਬਾਅਦ 3-4 ਉਦਾਹਰਨਾਂ ਆਪਾਂ ਅੱਜ ਸਾਂਝੀਆਂ ਕੀਤੀਆਂ। ਯੋਗੀ ਆਦਿੱਤਿਆ ਨਾਥ ਸਾਹਿਬ ਨੂੰ ਇਧਰਲੇ ਪਾਸੇ ਚੰਗੇ ਤਰੀਕੇ ਧਿਆਨ ਦੇਣਾ ਚਾਹੀਦਾ ਹੈ। ਜੀ ਆਖਰ ਦੇ ਵਿੱਚ ਪੰਚਾਇਤੀ ਚੋਣਾਂ ਦੀ ਆਪਾਂ ਗੱਲ ਕਰ ਲਈਏ ਬਾਟ ਸਾਹਿਬ, ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਵਕਤ ਪੰਜਾਬ ਦੇ ਵਿੱਚ ਕੀ ਸਰਗਰਮੀਆਂ ਚੱਲ ਰਹੀਆਂ ਨੇ? ਅਤੇ ਜਿਹੜੇ ਬੰਦੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਪੰਚ ਬਣਨ ਦੇ ਚਾਹ ਬਣਨੇ, ਉਹਨਾਂ ਨੇ ਮਾੜਾ ਮੋਟਾ ਸਵੇਰੇ ਉੱਠ ਕੇ ਪਿੰਡ 'ਚ ਗੇੜਾ ਛੇੜਾ ਮਾਰਨਾ, ਲੋਕਾਂ ਨਾਲ ਸਤਿ ਸ਼੍ਰੀ ਅਕਾਲ ਕਰਨੀ ਸ਼ੁਰੂ ਕੀਤੀ, ਜਾਂ ਅਜੇ ਕੰਮ ਠੰਡਾ ਹੀ ਆ? ਹਰਕਮਲ ਸਿੰਘ ਜੀ ਬਸ ਹਰ ਇੱਕ ਦੀਆਂ ਤਿਆਰੀਆਂ ਹੈ ਜੀ, ਜੀ ਐਨ ਚੰਗੇ ਤਰੀਕੇ ਤਿਆਰੀ ਚੱਲ ਰਹੀ ਹੈ ਕਿ ਆਪਾਂ ਫੱਟੇ ਛੱਕ ਦੇਣੇ ਆ ਬਸ। ਹਾਲਾਂਕਿ ਸਰਕਾਰ ਨੇ ਅਜੇ ਤੱਕ ਇਹਨਾਂ ਨੂੰ ਬਹੁਤਾ ਕੋਈ ਸੁਝਾਅ ਨਹੀਂ ਦਿੱਤਾ ਕਿ ਕਿਹੜਾ ਪਿੰਡ ਰਿਜ਼ਰਵ ਹੈ, ਕਿਹੜਾ ਪਿੰਡ ਨਹੀਂ ਰਿਜ਼ਰਵ, ਕਦੋਂ ਨੂੰ ਵੋਟਾਂ ਪੈਣੀਆਂ ਤੇ ਕਦੋਂ ਨੂੰ ਨਹੀਂ ਪੈਣੀਆਂ। ਇਹਦੇ ਬਾਬਤ ਅਜੇ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਸਾਹਮਣੇ ਨਹੀਂ ਆ ਸਕੀ। ਆਪੋ ਆਪਣੇ ਪੱਧਰ ਦੇ ਉੱਤੇ ਹੀ ਸਾਰੇ ਕੰਮ ਕਰੀ ਜਾਂਦੇ ਆ, ਪਰ ਇੰਨੀ ਗੱਲ ਜ਼ਰੂਰ ਹੈ ਕਿ ਮਾਮਲਾ ਇਸ ਵੇਲੇ ਬਿਲਕੁਲ ਸਿਖਰਾਂ ਦੇ ਉੱਤੇ ਹੈ। ਲੋਕਾਂ ਨੇ ਸਰਗਰਮੀਆਂ ਜਿਹੜੀਆਂ ਸ਼ੁਰੂ ਕੀਤੀਆਂ ਹੋਈਆਂ, ਚਾਚਾ ਤਾਇਆ ਬੀਬੀ ਜੀ ਭੈਣ ਜੀ ਮਾਸੀ ਜੀ ਭੂਆ ਜੀ ਕਹਿ ਕੇ ਵੋਟਾਂ ਸਵੇਰ ਸ਼ਾਮ ਪੱਕੀਆਂ ਕਰਨ ਦਾ ਸਿਲਸਿਲਾ ਜਿਹੜਾ ਸਿਖਰਾਂ ਤੇ ਹੈ। ਦੂਸਰੀ ਗੱਲ, ਸਿਆਸੀ ਪਾਰਟੀਆਂ ਨੇ ਵੀ ਪਰ ਤੋਲਣੇ ਸ਼ੁਰੂ ਕਰਤੇ। ਆਮ ਆਦਮੀ ਪਾਰਟੀ ਨੇ 3-4 ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕੀਤੀਆਂ ਕਿ ਆਪਾਂ ਪੰਚਾਇਤੀ ਚੋਣਾਂ ਕਿਵੇਂ ਲੜੀਏ, ਚੋਣ ਨਿਸ਼ਾਨ ਤੇ ਲੜੀਏ ਜਾਂ ਨਾ ਲੜੀਏ, ਜੇ ਚੋਣ ਨਿਸ਼ਾਨ ਤੇ ਲੜਨੀ ਹੈ ਤਾਂ ਫਿਰ ਆਪਾਂ ਨੂੰ ਉਮੀਦਵਾਰ ਵੀ ਜਿਹੜੇ ਹੈ ਉਹ ਲੱਭਣੇ ਪੈਣੇ ਆ, ਤੇ ਉਮੀਦਵਾਰ ਫਿਰ ਆਪਾਂ ਕਿਵੇਂ ਲੱਭਣੇ ਆ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਿਤੇ ਨਾ ਕਿਤੇ ਖੰਗਾਲਣ ਦਾ ਯਤਨ ਕੀਤਾ। ਚਲੋ, ਕਾਂਗਰਸ ਪਾਰਟੀ ਨੇ ਅੱਜ ਮੀਟਿੰਗ ਸੱਦ ਲਈ ਹੈ, ਹੁਣ ਤੋਂ 3 ਘੰਟੇ ਬਾਅਦ ਉਹ ਮੀਟਿੰਗ ਸ਼ੁਰੂ ਹੋਏਗੀ ਚੰਡੀਗੜ੍ਹ। ਸਾਰੇ ਜ਼ਿਲ੍ਹਾ ਪ੍ਰਧਾਨ, ਸਾਰੇ ਮੰਤਰੀ, ਸਾਰੇ ਵਿਧਾਇਕ ਤੇ ਜਿਹੜੇ ਆਪੋ ਆਪਣੇ ਹਲਕਿਆਂ ਤੋਂ ਹਾਰ ਗਿਆ ਸੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੋ ਵੀ ਲੈ, ਉਹਨਾਂ ਨੂੰ ਹੁਣ ਸੁਨੀਲ ਜਾਖੜ ਸਾਹਿਬ ਸੁਝਾਅ ਦੇਣਗੇ ਕਿ ਆਪਾਂ ਪੰਚਾਇਤੀ ਚੋਣਾਂ ਦੇ ਵਿੱਚ ਅੱਗੇ ਕਿਵੇਂ ਜਾਣਾ ਹੈ, ਕਿਉਂਕਿ ਸਾਰੇ ਜਾਣਦੇ ਆ ਕਿ ਪਿਛਲੀਆਂ 2 ਵਾਰੀ ਦੀਆਂ ਪੰਚਾਇਤੀ ਚੋਣਾਂ, ਕਿਉਂਕਿ ਅਕਾਲੀ ਭਾਜਪਾ ਦੀ ਸਰਕਾਰ ਸੀ, ਉਹਨਾਂ ਨੇ ਬੜੇ ਸ਼ਾਨ ਦੇ ਨਾਲ ਜਿੱਤੀਆਂ ਜੀ, ਤੇ ਜਦੋਂ ਪੰਚਾਇਤੀ ਚੋਣਾਂ ਉਹਨਾਂ ਨੇ ਸ਼ਾਨ ਨਾਲ ਜਿੱਤੀਆਂ, ਇਸ ਵੇਲੇ ਵੀ ਬਹੁਤੇ 5 ਸਰਪੰਚ ਅਕਾਲੀਆਂ ਦੇ। ਹੁਣ ਕਾਂਗਰਸ ਚਾਹੁੰਦੀ ਹੈ ਕਿ ਅਸੀਂ ਉਦਾਂ ਦੀ ਸ਼ਾਨ ਹੁਣ ਕਾਂਗਰਸ ਪਾਰਟੀ ਨੂੰ ਲੈ ਕੇ ਦਈਏ, ਬਹੁਤੇ ਪੰਚ ਸਾਡੇ ਹੋਣ, ਸਰਪੰਚ ਸਾਡੇ ਹੋਣ, ਬਲਾਕ ਸੰਮਤੀ ਦੇ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਡੇ ਹੋਣ। ਜਾਖੜ ਸਾਹਿਬ ਨੂੰ ਪਤਾ ਹੈ ਕਿ ਲੋਕ ਸਭਾ ਦੀ ਚੋਣ ਆਉਣ ਵਾਲੀ ਹੈ, ਜੇ ਮੁੱਢਲੇ ਪੱਧਰ ਦੇ ਉੱਤੇ ਇਹਨਾਂ ਦੇ ਬੰਦੇ ਸਮਰੱਥ ਹੋਣਗੇ ਤਾਂ ਫਿਰ ਵੋਟਾਂ ਲੈਣੀਆਂ ਥੋੜੀਆਂ ਜਿਹੀਆਂ ਸੁਖਾਲੀਆਂ ਹੋ ਜਾਣਗੀਆਂ। ਹੁਣ ਦੇਖਦੇ ਹਾਂ ਕਿ ਅੱਜ ਦੀ ਕਾਂਗਰਸ ਪਾਰਟੀ ਦੀ ਮੀਟਿੰਗ 'ਚ ਫੈਸਲਾ ਕੀ ਹੁੰਦਾ, ਪਰ ਜਾਖੜ ਸਾਹਿਬ ਥੋੜੇ ਜਿਹੇ ਚਿੰਤਤ ਨੇ ਕਿਉਂਕਿ ਹੇਠਲੀ ਪੱਧਰ ਤੇ ਰਿਪੋਰਟਾਂ ਉਹਨਾਂ ਨੂੰ ਇਦਾਂ ਦੀਆਂ ਮਿਲੀਆਂ ਸੀ ਕਿ ਇੱਕ ਤਾਂ ਕਾਂਗਰਸ ਪਾਰਟੀ ਦੇ ਆਪਣੇ ਬੰਦੇ ਧੜੇਬੰਦੀ ਦੇ ਸ਼ਿਕਾਰ ਹੋ ਗਏ, ਜਿਹੜੇ 2-2 ਧੜੇ ਬਣੇ ਆ ਆਪੋ ਆਪਣੇ ਬੰਦਿਆਂ ਨੂੰ ਜਿਤਾਉਣ ਦੇ ਲਈ ਕਈ ਥਾਂ ਦੂਰਾ ਮੁਕਾਬਲਾ ਕਾਂਗਰਸੀਆਂ 'ਚ ਹੋ ਜੂ, ਕਿਤੇ ਹਾਰਨਾ ਜਾਈਏ ਦੂਰੇ ਮੁਕਾਬਲੇ 'ਚ। ਜੀ ਜਾਖੜ ਸਾਹਿਬ ਚਿੰਤਤ ਨੇ, ਧੜੇਬੰਦੀ ਖਤਮ ਕਰਨ ਦਾ ਯਤਨ ਕਰਨਗੇ। ਦੂਸਰਾ, ਜਾਖੜ ਸਾਹਿਬ ਨੂੰ ਇਹ ਰਿਪੋਰਟਾਂ ਪਿਛਲੀ ਮੀਟਿੰਗ 'ਚ ਮਿਲੀਆਂ ਸੀ ਕਿ ਜੇ ਸਰਕਾਰੀ ਅਧਿਕਾਰੀਆਂ ਦੇ ਕੋਲ ਕੋਈ ਕਾਂਗਰਸੀ ਬੰਦਾ ਕੰਮ ਲੈ ਕੇ ਜਾਂਦਾ ਦੂਸਰੇ ਬੰਦੇ ਨੂੰ, ਬਹੁਤੀ ਵਾਰ ਸਰਕਾਰੀ ਅਧਿਕਾਰੀ ਕੰਮ ਨਹੀਂ ਕਰਦੇ, ਪਰ ਜੇ ਉੱਥੇ ਅਕਾਲੀ ਬੰਦਾ ਲੈ ਜਾਵੇ ਜਾਂ ਪਿਛਲੀ ਸਰਕਾਰ ਦਾ ਕੋਈ ਬੰਦਾ ਉੱਥੇ ਲੈ ਜਾਵੇ ਤਾਂ ਫਿਰ ਉੱਥੇ ਪਾਸੇ ਬਹੁਤ ਛੇਤੀ ਉਹਨਾਂ ਦੇ ਕੰਮ ਕਰ ਦਿੱਤੇ ਜਾਂਦੇ ਆ। ਬਹੁਤੇ ਬੰਦਿਆਂ ਦਾ ਇਹ ਅੱਜ ਤੱਕ ਵੀ ਕਾਂਗਰਸੀਆਂ ਦਾ ਉਲੰਭ ਹੈ ਕਿ ਸਰਕਾਰ ਭਾਵੇਂ ਸਾਡੀ ਬਣ ਗਈ ਪਰ ਇਹਦੇ ਬਾਵਜੂਦ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਸਾਡੀ ਪੁੱਛਗਿੱਛ ਕੋਈ ਨਹੀਂ। ਹੁਣ ਉਹ ਪੁੱਛਗਿੱਛ ਹੋ ਸਕੇਗੀ ਕਿ ਨਹੀਂ? ਅੱਜ ਜਾਖੜ ਸਾਹਿਬ ਪੰਚਾਇਤੀ ਚੋਣਾਂ ਸੰਬੰਧੀ ਜਦੋਂ ਤਿਆਰੀ ਮੀਟਿੰਗ ਹੈ ਉਹਦੇ ਵਿੱਚ ਕਿੰਨਾ ਕੁ ਆਪਣੇ ਪਾਰਟੀ ਦੇ ਲੀਡਰਾਂ ਨੂੰ ਸੰਤੁਸ਼ਟ ਕਰਨ ਦੇ ਵਿੱਚ ਕਾਮਯਾਬ ਰਹਿਣਗੇ, ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਨੇ ਸਪਸ਼ਟ ਕਰਨੀਆਂ। ਪਰ ਇੰਨੀ ਗੱਲ ਪੱਕੀ ਹੈ, ਜੇ ਤਾਂ ਅਸੀਂ ਪਿੰਡਾਂ ਦੇ ਵਿੱਚ ਚੰਗੇ ਨੁਮਾਇੰਦੇ ਆਪਣੇ ਚੁਣਨ ਦੇ ਵਿੱਚ ਕਾਮਯਾਬ ਹੋ ਗਏ, ਸਿਆਸਤ ਤੋਂ ਉੱਪਰ ਉੱਠ ਕੇ, ਧੜੇ ਤੋਂ ਉੱਪਰ ਉੱਠ ਕੇ, ਧਰਮ ਜਾਤ ਤੇ ਲਿੰਗ ਤੋਂ ਉੱਪਰ ਉੱਠ ਕੇ, ਫਿਰ ਤਾਂ ਹੋ ਸਕਦਾ ਕਿ ਪੰਜਾਬ ਦੇ ਵਿੱਚ ਥੋੜਾ ਬਹੁਤ ਸੁਧਾਰ ਦਾ ਜਿਹੜਾ ਉਹ ਮਾਦਾ ਕਾਇਮ ਰਹੇ।
ਤੇ ਜੇ ਅਸੀਂ ਉਹੀ ਪੁਰਾਣੀ ਸੋਚ ਦੇ ਮੁਤਾਬਕ ਆਪਣੇ ਬੰਦੇ ਚੁਣਦੇ ਰਹੇ ਤਾਂ ਪੰਜਾਬ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਉਹ ਪੰਚਾਇਤੀ ਚੋਣਾਂ ਤੋਂ ਬਾਅਦ ਵੀ ਹਰਕਮਲ ਸਿੰਘ ਜੀ ਘਟਣ ਦੀ ਥਾਂ ਜਿਹੜੀਆਂ ਹੋਰ ਵੀ ਲਗਾਤਾਰ ਵੱਧ ਸਕਦੀਆਂ। ਸੋ 2-4 ਦਿਨਾਂ ਦੇ ਵਿੱਚ ਹੋ ਸਕਦਾ ਕਿ ਪੰਚਾਇਤੀ ਚੋਣਾਂ ਦਾ ਐਲਾਨ ਵੀ ਹੋ ਜਾਏ। ਜਿਸ ਦਿਨ ਐਲਾਨ ਹੋ ਗਿਆ ਫਿਰ ਸਰਗਰਮੀਆਂ ਬਿਲਕੁਲ ਸਿਖਰਾਂ ਦੇ ਉੱਤੇ ਅੱਪੜ ਜਾਣਗੀਆਂ। ਜੀ ਬਟ ਸਾਹਿਬ, ਹੁਣ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਫਿਰ ਅੱਜ ਦੀ ਖਬਰਾਂ ਦੇ ਇਸ ਸਿਲਸਿਲੇ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣਾ ਕੀਮਤੀ ਵਕਤ ਸਾਨੂੰ ਦੇ ਕੇ ਇਹ ਮਹੱਤਵਪੂਰਨ ਜਾਣਕਾਰੀ ਦਿੱਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ ਹਰਕਮਲ ਸਿੰਘ ਜੀ। ਰੇਡੀਓ ਕੌਮੀ ਆਵਾਜ਼ ਦੇ ਸਰੋਤਿਆਂ ਨੂੰ ਸ਼ੁਭੇਸ਼ਾਵਾਂ। ਦੋਸਤੋ, ਇਹ ਸਨ ਪਰਮਵੀਰ ਸਿੰਘ ਬਾਠ ਜਿਹੜੇ ਆਪਾਂ ਨੂੰ ਪੰਜਾਬ ਅਤੇ ਭਾਰਤੀ ਖਿੱਤੇ ਦੀਆਂ ਕੁਝ ਖਾਸ ਖਾਸ ਖਬਰਾਂ ਦੀ ਬੜੇ ਵਿਸਥਾਰ ਨਾਲ ਜਾਣਕਾਰੀ ਦੇ ਕੇ ਗਏ। ਇਸ ਤੋਂ ਬਾਅਦ ਰਛਪਾਲ ਸਿੰਘ ਆਸਟ੍ਰੇਲੀਆ ਦੀਆਂ ਕੁਝ ਵਿਸ਼ੇਸ਼ ਖਬਰਾਂ ਨਾਲ ਪ੍ਰੋਗਰਾਮ ਨੂੰ ਜਾਰੀ ਰੱਖਣਗੇ ਅਤੇ ਆਪਾਂ ਮਿਲਦੇ ਹਾਂ ਫਿਰ ਕੱਲ੍ਹ ਇਸੇ ਸਮੇਂ ਇਸੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ ਅਤੇ ਬਣੇ ਰਹੋ ਤੁਹਾਡੇ ਆਪਣੇ ਰੇਡੀਓ ਕੌਮੀ ਆਵਾਜ਼ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।